श्री नानक अंगद गुरु अमरदास पद बंद रामदास अर्जन गुरु बार श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणक भगत वैराग श्री गुरु ग्रंथ साहिब बंदों कर अनुराग श्री गुरु शब्द कमाए जिना जीते पंच विकार तिन संतन को वंदना सिर चरणन पर तार एक अंकारा सतगुरु ते प्रसाद सच होए वाहे गुरु जी की फतेह विघ्न विनाशन सो एक अंकारा सतगुरु ते प्रसाद सच होए वाहे गुरु जी की फतेह विघ्न विनाशन सोए सतनाम श्री वाहे गुरु साहिब जी निशा दूसरे की नसबास कृपा धार जानियो निज दास सेवा करी सगल बिदनिकी गुर महिमा मह शरदा ही की वाहे गुरु जी का खालसा वाहे गुरु जी की फतेह परम सन्मान योग चवर शतर तख्त दे मालक तन तन सतगुरु श्री गुरु ग्रंथ साहिब महाराज जी की परम पवित्र सत संगत हजूरी दे अंदर श्री गुरु तेग बहादुर साहिब महाराज जी दे महान पावन पवित्र तप अस्थान गुरुद्वारा श्री भोरा साहिब जी विखे पिछले पैर दे ਸਜੇ ਹੋਈ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਦੁਨੀਆ ਦੀ ਲਾਸਾਨੀ ਜੰਗ ਚਮਕੌਰ ਦੀ ਗੜੀ ਦੇ ਵਿੱਚ 8 ਪੋਹ 1761 ਬਿਕਰਮੀ ਨੇ ਹੋਈ ਸੋ ਦੁਨੀਆ ਵਿੱਚ ਕਿਧਰੇ ਵੀ ਐਸੀ ਹੋਰ ਮਿਸਾਲ ਨਹੀਂ ਮਿਲਦੀ ਵੀ ਇੱਕ ਪਾਸੇ ਭੁੱਖਣ ਭਾਣੇ 40 ਕੁ ਸਿੰਘ ਹੋਣ ਦੂਸਰੇ ਪਾਸੇ ਲੱਖਾਂ ਦੀ ਗਿਣਤੀ 'ਚ ਦੁਸ਼ਮਣ ਆਇਆ ਚੜ੍ਹ ਕੇ ਇਹ ਆਪਾਂ ਸੰਖੇਪ ਇਤਿਹਾਸ ਚਮਕੌਰ ਸਾਹਿਬ ਦੇ ਜੰਗ ਦਾ ਉਹ ਵੀ ਸਰਵਣ ਕਰਾਂਗੇ ਪਹਿਲਾਂ ਆਓ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰੀਏ ਅਤੇ ਕਥਾ ਦੇ ਅਖੀਰਲੇ ਸਮੇਂ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਪਾਵਨ ਇਤਿਹਾਸ ਨੂੰ ਯਾਦ ਕਰਾਂਗੇ ਸੁਰਤੀਆਂ ਬਿਰਤੀਆਂ ਕਰੀਏ ਕਾਕਰ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਤਰੋ ਧਿਆਨ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸਾ ਦੂਸਰੀ ਕੀ ਨਸਬਾਸ ਸਤਿ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੀ ਆਪਾਂ ਕਥਾ ਸੁਣ ਰਹੇ ਹਾਂ ਰੋਜ਼ਾਨਾ ਲੜੀਵਾਰ ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਵੀ ਸਤਿਗੁਰੂ ਜੀ ਸਮਾਣੇ ਟਿਕੇ ਸਨ ਔਰੰਗਜ਼ੇਬ ਦੇ ਸਿਪਾਹੀ ਪੈੜ ਨੱਪਦੇ ਹਾਂ ਅਤੇ ਉਮਰ ਬਖਸ਼ ਮੁਹੰਮਦ ਦੇ ਘਰ ਦੇ ਵਿੱਚ ਜਾ ਕੇ ਕਹਿੰਦੇ ਵੀ ਤੂੰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੁਕਾਇਆ ਹੈ
ਉਹ ਅੱਗੋਂ ਪੈ ਗਿਆ ਉਹਨਾਂ ਨੂੰ ਵੀ ਤੁਸੀਂ ਮੇਰੇ 'ਤੇ ਝੂਠਾ ਇਲਜ਼ਾਮ ਲਾਉਂਦੇ ਹੋ, ਮੈਂ ਪਠਾਨ ਹਾਂ ਤੁਹਾਡਾ ਭਰਾ, ਜਾਤ ਭਾਈ ਹੈ ਆਪਾਂ, ਅਤੇ ਫਿਰ ਬਹੁਤੀ ਗੱਲ ਜੇ ਕਰੋਗੇ ਤਾਂ ਮੈਂ ਤੁਹਾਡੇ ਨਾਲ ਲੜੂੰਗਾ, ਜਾਂ ਮਰ ਜੂੰਗਾ ਜਾਂ ਮਾਰ ਦਿਆਂਗਾ। ਇੱਦਾਂ ਗਰਮ ਹੋ ਕੇ ਗੱਲਾਂ ਕੀਤੀਆਂ, ਉਹ ਡਰ ਕੇ ਚਲੇ ਗਏ। ਫਿਰ ਗੁਰੂ ਸਾਹਿਬ ਜੀ ਨੂੰ ਆ ਕੇ ਦੱਸੀ ਗੱਲ, ਸਾਹਿਬ ਇੱਥੇ ਬਹੁਤ ਖੁਸ਼ ਹੋਏ। ਇੱਕ ਦਿਨ ਅਤੇ ਇੱਕ ਰਾਤ ਮਹਾਰਾਜ ਹੋਰ ਇਸ ਦੇ ਘਰ ਦੇ ਵਿੱਚ ਰਹੇ। ਇੱਥੋਂ ਚੱਲਦਿਆਂ ਹੋਇਆਂ ਕਰਹਾਲੀ ਪਹੁੰਚੇ, ਇੱਥੇ ਮਸੰਦ ਸੀ, ਉਹ ਲੁਕ ਗਿਆ ਮਹਾਰਾਜ ਨੂੰ ਆਇਆ ਵੇਖ ਕੇ, ਸੇਵਾ ਨਹੀਂ ਕੀਤੀ, ਕਿਉਂਕਿ ਜਿਹੜੇ ਮਸੰਦ ਹੁੰਦੇ ਆ ਨਾ, ਇਹ ਮਾਇਆ ਦੀ ਮੈਲ ਲੱਗ ਜਾਂਦੀ ਇਹਨਾਂ ਦੇ ਅੰਦਰ। ਮਹਾਰਾਜ ਨੂੰ ਨਹੀਂ ਕੁਝ ਸਮਝਦੇ ਗੁਰੂ ਕੇ ਸਿੱਖਾਂ ਨੂੰ, ਤਾਂ ਇਹਨਾਂ ਕੀ ਸਮਝਣਾ ਮਸੰਦਾਂ ਨੇ। ਸੋ ਸਤਿਗੁਰੂ ਮਹਾਰਾਜ ਪਰ ਨਾਰਾਜ਼ ਨਹੀਂ ਹੋਏ। ਗਰੀਬ ਨਿਵਾਸ ਸਤਿਗੁਰੂ ਇੱਥੋਂ ਕਰਹਾਲੀ ਤੋਂ ਚੱਲ ਕੇ ਅੱਗੇ, ਅਤੇ ਸਤਿਗੁਰੂ ਜੀ ਗਲੋਰੇ ਦੇ ਕੋਲ ਜੋ ਸਤਕੋਹ ਦੇ ਅੱਗੇ ਚਿਹਕਾ ਨਗਰ ਆ ਉੱਥੇ ਪਹੁੰਚੇ ਆ। ਗਲੋਰਾ ਮਸੰਦ ਇੱਥੇ ਵੱਸਦਾ ਏ। ਮਾਂ ਬਾਪ ਛੋਟੀ ਉਮਰੇ ਚੜ੍ਹਾਈ ਕੀਤੇ ਸੀ, ਨਵੇਂ ਪਾਤਸ਼ਾਹ ਨੇ ਇਹਦੀ ਪਾਲਣਾ ਕਰਕੇ ਅਤੇ ਪੈਸਾ ਖਰਚ ਕੇ ਵਿਆਹ ਕਰਵਾਇਆ ਸੀ। ਇਹਦੇ ਘਰ ਵਿੱਚ ਮਹਾਰਾਜ ਨੇ ਡੇਰਾ ਕੀਤਾ, ਸੇਵਾ ਵੀ ਇਹਨੇ ਚੰਗੀ ਕੀਤੀ ਨਵੇਂ ਪਾਤਸ਼ਾਹ ਦੀ, ਚਿਹਕੇ ਨਗਰ ਆਏ ਤੋਂ। ਅਤੇ ਗਰੀਬ ਨਿਵਾਸ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਬਹੁਤ ਸਿੱਖ ਸੰਗਤਾਂ ਆਈਆਂ, ਦਰਸ਼ਨ ਕੀਤੇ ਭਾਵਨਾ ਦੇ ਨਾਲ। ਅਤੇ ਜਿਵੇਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਰਹੇ ਨੇ, ਗਲੋਰੇ ਨੂੰ ਮਹਾਰਾਜ ਬਖਸ਼ਿਸ਼ਾਂ ਕਰਕੇ ਉਪਦੇਸ਼ ਦੇ ਕੇ ਸਮਝਾਉਂਦੇ ਆ। ਇਹ ਕਥਾ ਆਪਾਂ ਅੱਜ ਸਰਵਣ ਕਰ ਰਹੇ ਹਾਂ। ਨਿਸ਼ਾ ਦੂਸਰੀ ਕੀਨ ਸੁਬਾਸ, ਆ ਇੱਕ ਰਾਤ ਬਤੀਤ ਹੋ ਗਈ ਅਤੇ ਦਿਨ ਵੀ ਸਾਰਾ ਗਲੋਰੇ ਦੇ ਘਰੇ ਚਿਹਕੇ ਨਗਰ ਦੇ ਨਵੇਂ ਪਾਤਸ਼ਾਹ ਨੂੰ ਆਇਆ ਬਤੀਤ ਹੋ ਗਿਆ। ਦੂਸਰੀ ਰਾਤ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਪੰਜਾਂ ਸਿੱਖਾਂ ਦੇ ਸਮੇਤ ਇਹਦੇ ਘਰ ਵਿੱਚ ਠਹਿਰੇ ਹਨ। ਕਿਰਪਾ ਧਾਰ ਜਾਣਿਓ ਨਿਜ ਦਾਸ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਬਹੁਤ ਹੀ, ਅਤੇ ਆਪਣਾ ਸੇਵਕ ਜਾਣਿਆ ਵੀ ਇਹ ਗਲੋਰਾ ਸਾਡਾ ਸੇਵਕ ਹੈ, ਵੀ ਇਹਨੂੰ ਹੱਥੀਂ ਬੁਰਕੀਆਂ ਖਵਾ ਖਵਾ ਕੇ ਵੱਡਿਆਂ ਕੀਤਾ, ਆਪਣੇ ਹੱਥੀਂ ਇਹਦਾ ਵਿਆਹ ਕੀਤਾ, ਇਸ ਤਰ੍ਹਾਂ ਜਾਣ ਕੇ ਮਹਾਰਾਜ ਬਹੁਤ ਖੁਸ਼ ਹੋਏ। ਸੇਵਾ ਕਰੀ ਸਗਲ ਬਿਧ ਨੀਕੀ, ਇਹਨੇ ਵੀ ਸੇਵਾ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ। ਹਰ ਤਰ੍ਹਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗਲੋਰੇ ਮਸੰਦ ਨੇ ਸੇਵਾ ਕੀਤੀ ਘਰ 'ਚ ਰੱਖ ਕੇ। ਗੁਰ ਮਹਿਮਾ ਮਹਿ ਸ਼ਰਧਾ ਹੀ ਕੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਦਿਲ ਦੀ ਸ਼ਰਧਾ ਹੈ, ਦਿਲ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਵਸਾਇਆ ਹੋਇਆ ਏ। ਭਾਈ ਪ੍ਰਾਤ ਤਿਆਰੀ ਕਰਵਾਈ, ਅੰਮ੍ਰਿਤ ਵੇਲਾ ਹੋਇਆ ਜਦੋਂ ਦੋ ਰਾਤਾਂ ਮਹਾਰਾਜ ਰਹੇ, ਤੀਸਰਾ ਦਿਨ ਚੜ੍ਹਿਆ ਤਾਂ ਅੱਗੇ ਚੱਲਣ ਦੀ ਤਿਆਰੀ ਕੀਤੀ ਸਤਿਗੁਰਾਂ। ਨਿਕਟ ਗਲੋਰਾ ਲੀਨ ਬੁਲਾਈ, ਤੇ ਤੁਰਦੇ ਸਮੇਂ ਮਹਾਰਾਜ ਨੇ ਗਲੋਰੇ ਨੂੰ ਆਪਣੇ ਕੋਲ ਸੱਦ ਲਿਆ, ਭਾਈ ਤੂੰ ਸਾਡੇ ਕੋਲ ਆ। ਇੱਕ ਤਰਕਸ਼ ਤੀਰਨ ਸੋਂ ਭਰਿਓ, ਇੱਕ ਤੀਰਾਂ ਦਾ ਪੱਥਾ ਭਰਿਆ ਹੋਇਆ ਨਵੇਂ ਪਾਤਸ਼ਾਹ ਨੇ, ਕਿਉਂਕਿ ਸਤਿਗੁਰੂ ਹਰ ਸਮੇਂ ਤੀਰ ਕਮਾਣ ਆਪਣੇ ਕੋਲ ਹੀ ਰੱਖਦੇ ਹੁੰਦੇ ਸਨ। ਕਿਰਪਾਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਗਾਤਰੇ ਰੱਖਦੇ ਹੀ ਸਨ, ਪਰ ਸਤਿਗੁਰੂ ਸਾਹਿਬ ਜੀ ਇੱਕ ਤੀਰਾਂ ਦਾ ਪੱਥਾ ਮੋਢੇ ਦੇ ਧਨੁਸ਼ ਆਪਣੇ ਹੱਥ ਵਿੱਚ ਰੱਖਦੇ ਤੀਰ ਕਮਾਨ ਗੁਰੂ ਤੇਗ ਬਹਾਦਰ ਸਾਹਿਬ। ਉਹ ਵੱਖਰੀ ਗੱਲ ਹੈ, ਫੋਟੋਆਂ ਬਣਾਉਣ ਵਾਲਿਆਂ ਨੇ ਭਾਵੇਂ ਫੋਟੋਆਂ ਹੁੰਦੀਆਂ ਤਾਂ ਕਾਲਪਨਿਕ ਹੀ ਹੈ, ਪਰ ਮਹਾਰਾਜ ਨਵੇਂ ਪਾਤਸ਼ਾਹ ਦਾ ਉਹ ਸ਼ਸਤਰਧਾਰੀ ਰੂਪ ਵਿਖਾਇਆ ਹੀ ਨਹੀਂ ਹੈ। ਮਹਾਰਾਜ ਨੂੰ ਸਿਰਫ ਐਵੇਂ ਵਿਖਾਇਆ ਵੀ ਉਹ ਹੀ ਬੈਠੇ ਨੇ ਬਸ ਭੋਰੇ 'ਚ। ਮਹਾਰਾਜ ਸ਼ਸਤਰ ਸਜਾ ਕੇ ਹੀ ਹਰ ਸਮੇਂ ਰੱਖਦੇ ਸੀ, ਜੇ ਭੋਰੇ 'ਚ ਵੀ ਬੈਠੇ ਸੀ ਤਾਂ ਸ਼ਸਤਰਧਾਰੀ ਹੋ ਕੇ ਰਹਿੰਦੇ ਸਨ, ਕਿਉਂਕਿ ਜੰਗ ਕਰਨਾ ਤਾਂ ਤਿਆਗਤਾ ਸੀ। ਨਵੇਂ ਪਾਤਸ਼ਾਹ ਨੇ ਜਦੋਂ ਕਰਤਾਰਪੁਰ ਸਤਿਗੁਰੂ ਸਾਹਿਬ ਜੀ ਨੇ ਵੇਖਿਆ ਵੀ ਬਹੁਤ ਮਨੁੱਖ ਮਰੇ ਆ, ਪਰ ਸ਼ਸਤਰ ਤਾਂ ਨਹੀਂ ਸੀ ਤਿਆਗੇ, ਕਿਉਂਕਿ ਸੂਰਮਾ ਸ਼ਸਤਰ ਨਹੀਂ ਕਦੀ ਤਿਆਗਦਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਰ ਸਮੇਂ ਤਿਆਰ ਬੁਰ ਤਿਆਰ ਸ਼ਸਤਰਧਾਰੀ ਹੋ ਕੇ ਰਹਿੰਦੇ ਸਨ। ਜਾਂ ਇਤਿਹਾਸ ਵਿੱਚੋਂ ਗਵਾਹੀ ਥਾਂ ਥਾਂ 'ਤੇ ਮਿਲਦੀ ਹੈ, ਇੱਥੇ ਵੀ ਆਪਣਾ ਇੱਕ ਤੀਰਾਂ ਦੇ ਨਾਲ ਭਰਿਆ ਹੋਇਆ ਮਹਾਰਾਜ ਨੇ ਪੱਥਾ ਲੈ ਕੇ ਹੋਏ ਪ੍ਰਸੰਨ ਗੁਰ ਬਖਸ਼ਣ ਕਰੇ, ਖੁਸ਼ ਹੋ ਕੇ ਗਲੋਰੇ ਅਤੇ ਮਸੰਦ ਨੂੰ ਦਿੱਤਾ ਏ ਵੀ ਤੇਰੀ ਸੇਵਾ 'ਤੇ ਅਸੀਂ ਇਹ ਗਲੋਰੇ ਮਸੰਦ ਖੁਸ਼ ਹੈ, ਤੂੰ ਸਾਨੂੰ ਘਰੇ ਆਏ ਨੂੰ ਵੇਖ ਕਰਕੇ ਅਤੇ ਬਹੁਤ ਸੇਵਾ ਕੀਤੀ ਭਾਵਨਾ ਦੇ ਨਾਲ, ਆ ਸਾਡੇ ਵੱਲੋਂ ਤੈਨੂੰ ਤੀਰਾਂ ਦਾ ਪੱਥਾ ਬਖਸ਼ਿਸ਼ ਵਜੋਂ ਦਿੱਤਾ। ਕਹਿਓ ਧਰਮ ਮੈਂ ਦ੍ਰਿੜਤਾ ਕੀਜੈ, ਤੇ ਨਾਲ ਸਾਹਿਬ ਕਹਿੰਦੇ ਵੀ ਹੁਣ ਤਿਕਰ ਦੀ ਜਿਹੜੀ ਤੇਰੀ ਸੇਵਾ ਹੈ ਨਾ, ਉਹ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਭਾਵੇਂ ਕਿ ਮਾਇਆ ਇਹ ਰੱਖ ਵੀ ਲੈਂਦਾ ਰਿਹਾ, ਮਾਇਆ ਤੋਂ ਗੁਰੂ ਸਾਹਿਬ ਨਾਰਾਜ਼ ਹੁੰਦੇ ਵੀ ਨਹੀਂ ਸੀ। ਮਹਾਰਾਜ ਕਹਿੰਦੇ ਪਰ ਧਰਮ ਨਾ ਹਾਰੀ ਕਿਤੇ,
गुरु तेग बहादुर साहब कहिंदे धर्म दे विच कायम रही भी माया दी तां कुंडी लाउना ही है तू चल ओ तेरी बख्शी पर जिहड़ा धर्म है ना किसी नाल भी बेईमानी ना करी अपना धर्म ना हार जावी पाप कर्म ना करी धर्म दे विच दृढ़ता धारण कर वंश समेत सकल सुख लीजे अते वंश समेत सकल सुख लीजे अपनी वंश खानदान परिवार दे समेत सारे सुख माणेगा जे साडा ये गलौरे बचन मन के धर्म रखेगा धर्म की है तौल धर्म दया का पूत दया चो पैदा होंदा है धर्म जिहड़ा जिया ते दया करनी यही धर्मिया का कर्म है महाराज कहिंदे दया का कर्म रखी सदा जे कर जाहे धर्म ते हार जे किते धर्म तो हार गया ना अपनी मर्यादा छड़ दित्ती धर्म दे विच कायम ना रहा संतत दारद संतत दारद लह उदार ता गुरु तेग बहादुर साहब कहिंदे जिहड़ी तेरी संतान है बहुता दलिद्र रहूगी पाप के कंगाली पई रहो दोवें वचन नाल ही करते साहबान ने कोई वर जां शराफ नहीं दिंदे तागीद कीती है जे तां रहेगा धर्म च कायम फिर तेरा खानदान भी आनंद माणू तेरे गां बच्चे पोतरे पड़पोतरे ते जे धर्म हार गया तू तो दुखी होना तेरी वंश भी दुखी होगी घर दे विच कहिंदे वी खाण नूं नहीं कुछ टकरूगा सुख न पाए जाए तो प्राण तेरे प्राण भी महाराज कहिंदे धर्म हार करके बेईमानी जे करेगा तो तेरे प्राण भी चले जाएंगे अदे सुख न पाए ना तू सुख पाएगा ना तेरे गां परिवार वाले सुख पाउणगे समझो रख धर्म महान एवें साडा ये वचन समझ के ना धर्म बहुत महान चीज है धर्म नूं अपने अंदर परपक करके रखना तैयार बुर तैयार रहना धर्मी परउपकारी जीवन बतीत करना है सिख्या अपर दई गुर ताहे होर भी गुरु तेग बहादुर साहब ने इहनूं अपना जान के भी साडा बच्चा ही है पुत्तां वांगू ही पालिया बहुत सिख्या दित्ती समझाया गुरु साहब तो समझा ही सकते ने ना पर अगे जिन्हें मनना या नहीं मनना है तो मनुख दे उत्ते है साचा सतगुरु क्या करे जो सिखा मैं चूक सच्चा गुरु भी उत्थे कहिंदे की करेगा फिर हाय अरूढ़ चाले मगमा है धन गुरु तेग बहादुर साहब घोड़े ते सवार हो के रस्ते नू पै गए मुख कर पूर्व दिशा पियाने अपना मुख महाराज ने पूर्व वाल नू करके चाला पाया है पूर्व चढ़दे नू पावे इधर दिल्ली वाल नू आगरे वाल नू गुरु तेग बहादुर साहब जा रहे ने भयो गलौरा धनी महाने हाय जिहड़ा गलौरा सी जिथे महाराज रहे दी विच ही कथा नाल कवि जी दस दे भी ये गुरु घर का मसंद ग्राही करदा ते बहुत धनवान बन गया एक समय हांसी आर हिसार लो ग्रम हांसी तो लैके हिसार तीकर जिन्ने भी पिंड आउंदे सन संगत ते आने धन धन सारियां संगतां कोलों धन गुरु के दसवंद दा कठा करके अपने घर लै आउंदा है रंगर जाट ग्राम गन तिनके इत्थे ने होर भी जिमीदारां दा भी पैसा लैके खादा ओहदी साखी उह दसदे कहिंदे भी रंगड़ ते जिमीदार ए दो ही नगर दे विच रहिंदे सन परे विरोध परस्पर गिन के इन्हां दोवां दा आपस विच विरोध पै गया रंगड़ जिमीदारां नूं वेखणा नहीं मंगदे ते जिमीदार रंगड़ां नूं वेखणा नहीं मंगदे इक दूजे नूं राह थाणी नहीं लंघण दिंदे इन्ना वैर है फिरत गलौरा दोनों माही ते इह जिहड़ा गलौरा मसंद है दोवां च ही फिर तो रौंदा सी जे रंगड़ां च चले जावे ते उह वी इहदी गल मन लैंदे माण आदर कर दिंदे जे इधर जिमीदारां वल आ जावे ਇਹ ਵੀ ਕਹਿੰਦੇ ਵੀ ਇਹਨੂੰ ਕੁਝ ਕਹਿੰਦੇ ਨਹੀਂ ਸੀ ਉੱਦਾਂ ਉਹਨਾਂ ਦਾ ਆਪਸ ਵਿੱਚ ਵਿਰੋਧ ਸੀ ਪਰ ਗਲੋਰੇ ਦੇ ਨਾਲ ਨਿਮਰਤਾ ਹੀ ਰੱਖਦੇ ਨਿਰਮਾਈ ਰੱਖਦੇ ਸਨ ਪ੍ਰਤਾਪ ਤੇ ਰੋਕਹਿ ਨਾਹੀ ਹਾਂ ਅਸਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਸੀ ਵੀ ਨਾ ਕੋਈ ਇਹਨੂੰ ਰੰਗੜ ਦੇ ਨਾ ਕੋਈ ਉਹ ਜਿਮੀਦਾਰ ਜੱਟ ਰੋਕਦਾ ਸੀ ਵੀ ਤੂੰ ਸਾਡੇ ਪਾਸਿਓਂ ਦੀ ਕਿਵੇਂ ਲੰਘ ਗਿਆ ਨਾ ਰੰਗਣਾ ਨੇ ਕਦੀ ਇਹਨੂੰ ਕੁਝ ਕਿਹਾ ਤੇ ਨਾ ਹੀ ਉਹਨਾਂ ਜਿਮੀਦਾਰ ਜੱਟਾਂ ਨੇ ਕੁਝ ਕਿਹਾ ਰੰਗਣ ਬ੍ਰਿੰਦਮ ਗੇ ਵਿਸ਼ਵਾਸ ਇੱਕ ਦਿਨ ਇਹਨੇ ਕੀ ਕੀਤਾ ਇਹ ਵੀ ਰੰਗਾ ਰੰਗਰ ਬ੍ਰਿੰਦਨ ਦੇ ਵਿਸ਼ਵਾਸ ਇਹ ਜਿਮੀਦਾਰਾਂ ਨਾਲ ਰਲ ਗਿਆ ਉਹ ਕਈ ਥਾਵਾਂ ਦੇ ਆਉਂਦਾ ਵੀ ਉਹਨਾਂ ਕੋਲ ਪੈਸਾ ਲੈ ਲਿਆ ਸੀ ਵੀ ਤੇਰੀ ਉਹ ਵੀ ਮੰਨਦੇ ਤੂੰ ਲੈ ਕੇ ਆਈ ਸੀ ਸਾਡੇ ਕੋਲ ਕਿਸੇ ਦਿਨ
ਇੱਦਾਂ ਹੀ ਕੀਤਾ। ਰੰਗੜਾਂ ਨੂੰ ਇਹਨੇ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਜੇ ਮੇਰੇ ਨਾਲ ਚੱਲੋਗੇ। ਗ੍ਰਾਮ ਜਾਟ ਜਹੈ ਆਨ ਸੋ ਪਾਸ, ਜਿੱਥੇ ਜ਼ਿਮੀਂਦਾਰਾਂ ਦਾ ਪਿੰਡ ਹੈ ਨਾ, ਤੁਹਾਨੂੰ ਉਹਦੇ ਵਿੱਚੋਂ ਦੀ ਰਸਤਾ ਦਵਾਉਂਗਾ, ਤੁਸੀਂ ਰੋਜ਼ ਹੀ ਉੱਥੇ ਲੰਘ ਕੇ ਜਿੱਥੇ ਕਦੇ ਆਉਣਾ ਜਾਣਾ ਜਾ ਸਕਦੇ ਹੋ। ਕਹਿਓ ਲੰਘਾਏ ਦਿਓ ਮੈਂ ਅੱਗੇ, ਇਸ ਤਰ੍ਹਾਂ ਕਹਿ ਕਰਕੇ ਵੀ ਮੈਂ ਤੁਹਾਨੂੰ ਅੱਗੇ ਲੰਘਾ ਦੇਵਾਂਗਾ, ਤੁਹਾਨੂੰ ਉਹਨਾਂ ਦੇ ਪਿੰਡ ਚੋਂ ਰਾਹ ਦਵਾ ਦੇਵਾਂਗਾ, ਆਉਣ ਜਾਣ ਲੱਗਿਆਂ ਤੁਹਾਨੂੰ ਕੋਈ ਰੋਕਿਆ ਨਹੀਂ ਕਰੇਗਾ ਜ਼ਿਮੀਂਦਾਰ। ਇਸ ਭਰੋਸੇ ਤੇ ਸੋ ਨਹਿ ਭਾਗੇ, ਉਹ ਰੰਗੜੇ ਦਾ ਭਰੋਸਾ ਕਰਕੇ ਨਾਲ ਹੀ ਆ ਗਏ, ਉਹ ਭੱਜੇ ਨੀ ਵੀ ਸਾਨੂੰ ਕਿਹੜਾ ਕੋਈ ਕਹਿਣ ਲੱਗਾ ਹੈ ਕੁਝ। ਰੰਗਰ ਬ੍ਰਿੰਦ ਸੁਦਏ ਕਟਾਏ, ਪਰ ਇਹਨੇ ਐਸਾ ਕਹਿੰਦੇ ਕਿ ਮਾੜਾ ਕਰਮ ਕੀਤਾ ਹੈ ਵੀ ਉਹਨਾਂ ਨਾਲ ਧੋਖਾ ਕਰਕੇ ਰੰਗੜਾਂ ਨੂੰ ਲਿਆ ਕੇ ਜ਼ਿਮੀਂਦਾਰਾਂ ਦੇ ਪਿੰਡ ਵਿੱਚ ਸਾਰੇ ਮਰਵਾ ਮਰਵੂ ਦਿੱਤੇ। ਨਹਿ ਮੂਰਖ ਨੇ ਲੀਨ ਬਚਾਏ, ਕਹਿੰਦੇ ਵੀ ਮੂਰਖ ਦੀ ਗੱਲ ਦੋਵੇਂ ਹੀ ਮੰਨਦੇ ਸਨ, ਬਚਾਇਆ ਨਹੀਂ ਹੈ, ਕਹਿ ਕੇ ਬਚਾ ਵੀ ਸਕਦਾ ਸੀ ਪਰ ਆਪਸ ਵਿੱਚ ਹੀ ਉਹਨਾਂ ਨੂੰ ਲੜਾ ਕੇ ਮਰਾ ਦਿੱਤਾ। ਧਰਮ ਤੇ ਸੋ ਮਰ ਗਏ, ਤੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਧਰਮ ਕਾਇਮ ਰੱਖੀ ਪਰ ਇਹਨੇ ਅਧਰਮ ਕੀਤਾ। ਜੇ ਇਹ ਚਾਹੁੰਦਾ ਤਾਂ ਦੋਵਾਂ ਪਾਸਿਆਂ ਨੂੰ ਰੋਕ ਸਕਦਾ ਸੀ, ਉਹ ਬਹੁਤ ਇਹਦਾ ਮਾਨ ਸਨਮਾਨ ਕਰਦੇ ਗੁਰੂ ਸਾਹਿਬ ਦੇ ਪ੍ਰਤਾਪ ਕਰਕੇ, ਪਰ ਇਹਨੇ ਜਾਣ ਕੇ ਕਹਿੰਦੇ ਰੰਗੜਾਂ ਨੂੰ ਲਿਆ ਕੇ ਅਤੇ ਉਹਨਾਂ ਦੇ ਕੋਲੋਂ ਵਿਸ਼ਵਾਸਘਾਤ ਕਰਕੇ ਮਰਵਾ ਤਾ। ਇਹ ਬਹੁਤਾ ਵੱਡਾ ਅਧਰਮ ਕਰਤਾ, ਇਹਨੇ ਬਹੁਤ ਹੀ ਵੱਡਾ ਪਾਪ ਕਮਾਇਆ, ਜਿਸ ਕਰਕੇ ਪਾਪ ਦੇ ਕਾਰਨ ਹੀ ਜਿਹੜਾ ਗਲੌਰਾ ਸੀ ਕਮੌਤੇ ਹੀ ਮਰ ਗਿਆ। ਬੰਸ ਅਧਿਕ ਦਰਿਦਰੀ ਭਇਓ, ਉਹ ਕਮੌਤੇ ਮਰਨ ਦੀ ਸਾਖੀ ਜਿਵੇਂ ਕੱਲ੍ਹ ਆ ਹੀ ਗਈ ਵੀ ਉਹ ਨੇੜੇ ਬ੍ਰਾਹਮਣੀ ਜਿਹੜੀ ਸੀ ਉਹਨੇ ਧਾਨੇ ਦੀ ਘਰ ਦੀ ਕੋਈ ਧੋਖੇ ਨਾਲ ਲੈ ਲਿਆ ਸੀ, ਅਤੇ ਫਿਰ ਇਹਨੇ ਘਰ ਦੀ ਨੂੰ ਪੁੱਛਿਆ, ਉਹਨੇ ਦੱਸਿਆ ਵੀ ਐਵੇਂ ਬ੍ਰਾਹਮਣ ਦੀ ਘਰ ਦੀ ਕਹਿੰਦੀ ਸੀ ਵੀ ਧਨ ਸੁੱਕਣੇ ਪਾ ਲਾ ਨਹੀਂ ਤਾਂ ਖਰਾਬ ਹੋ ਜੂਗਾ। ਉਦੋਂ ਹੀ ਇਹ ਕਹਿੰਦੀ ਵੀ ਸੁੱਕ ਸੱਕ ਗਿਆ ਇਹ, ਲੈ ਆਪਣੇ ਘਰੇ ਗਈ ਆ ਲੱਗਦਾ। ਇਹਨੇ ਜਾ ਕੇ ਉੱਥੇ ਆਵਾਜ਼ ਮਾਰੀ, ਡਾਂਗ ਸੋਟਾ ਖੜਕਿਆ, ਦੋਵੇਂ ਆਪਸ ਵਿੱਚ ਬ੍ਰਾਹਮਣ ਵੀ ਅਤੇ ਗਲੌਰਾ ਵੀ ਲੜ ਲੜ ਕੇ ਕਮੌਤੇ ਮਰਿਆ। ਫਿਰ ਕੋਈ ਕਿਸੇ ਲੇਖੇ 'ਚ ਨਹੀਂ ਪਿਆ, ਧਨ ਵੀ ਚਲਾ ਗਿਆ ਸਾਰਾ, ਫਿਰ ਆਪ ਵੀ ਮਰ ਗਿਆ। ਅਤੇ ਇਹਦੇ ਮਰਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਇਹਦੇ ਘਰ ਦੇ ਵਿੱਚ ਬੰਸ ਅਧਿਕ ਦਰਿਦਰੀ ਭਇਓ, ਇਹਦੀ ਬੰਸ ਬਹੁਤ ਹੀ ਦਰਿਦਰੀ ਹੋ ਗਈ, ਪਾਪ ਕੇ ਬਹੁਤ ਕੰਗਾਲੀ ਆ ਗਈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਨਾ ਵੀ ਜੇ ਧਰਮ ਕਮਾਵੇਂਗਾ ਤਾਂ ਤੇਰੀ ਬੰਸ਼ ਜਿਹੜੀ ਆ ਸੁੱਖ ਲਊਗੀ, ਜੇ ਅਧਰਮ ਕੀਤਾ ਤਾਂ ਤੂੰ ਤਾਂ ਮਰੇਗਾ ਹੀ, ਆਪਣਿਆਂ ਨੂੰ ਵੀ ਨਾਲ ਲੈ ਕੇ ਮਰ ਜਾਏਗਾ, ਸਾਰੇ ਦੁਖੀ ਹੋ ਜਾਣਗੇ ਤੇਰੇ ਕਰਕੇ। ਭੋਜਨ ਕੀ ਚਿੰਤਾ ਕਰ ਮਾਹੇ, ਇੰਨਾ ਦਰਿਦਰ ਹੈ ਵੀ ਸਵੇਰੇ ਜੇ ਰੋਟੀ ਖਾਣ ਨੂੰ ਮਿਲ ਗਈ ਹੈ ਤੇ ਦੁਪਹਿਰ ਜਾਂ ਸ਼ਾਮ ਦੀ ਚਿੰਤਾ ਹੁੰਦੀ ਹੈ ਵੀ ਕਿੱਥੋਂ ਖਾਵਾਂਗੇ, ਕਬ ਖੈ ਹੈ ਕਬ ਪੈ ਹੈ ਨਾਹੇ। ਕਦੀ ਕਹਿੰਦੇ ਖਾ ਲੈਂਦੇ ਆ ਭੋਜਨ ਮਿਲ ਜਾਂਦਾ ਹੈ, ਤਾਂ ਕਦੀ ਓਦਾਂ ਹੀ ਭੁੱਖੇ ਹੀ ਸੌ ਜਾਂਦੇ ਹਨ। ਇਸੀ ਦਸ਼ਾ ਮੈਂ ਅਬਲੋਂ ਹੈ, ਤੇ ਭਾਈ ਸੰਤੋਖ ਸਿੰਘ ਜੀ ਜਦੋਂ ਇਹ ਕਥਾ ਲਿਖ ਰਹੇ ਸਨ ਕੈਂਸਲ ਦੇ ਵਿੱਚ, ਕਹਿੰਦੇ ਵੀ ਜਿਹੜੀ ਹਾਲਤ ਗੁਰੂ ਸਾਹਿਬ ਨੇ ਕਹੀ ਨਾ ਗਲੌਰੇ ਦੇ ਖਾਨਦਾਨ ਦੀ, ਚਹਿਕੇ ਨਗਰ 'ਚ ਕਹਿੰਦੇ ਜਾ ਕੇ ਅਸੀਂ ਵੇਖਿਆ ਵੀ ਉਸੇ ਹਾਲਤ ਵਿੱਚ ਹੀ ਹੈ ਵੀ ਕਦੀ ਭੋਜਨ ਮਿਲ ਜਾਂਦਾ ਕਦੀ ਭੁੱਖੇ ਰਹਿੰਦੇ ਹਨ। ਹਮਨੇ ਪਿਖੇ ਸਿੰਘ ਕਵੀ ਕਹੈ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣੇ ਅੱਖਾਂ ਨਾਲ ਉਹਨਾਂ ਦੇ ਘਰੇ ਜਾ ਕੇ ਵੇਖ ਕੇ ਆਇਆ। ਕਵੀ ਜੀ ਨੇ ਜਿਹੜੀ ਸਾਖੀ ਕਿਸੇ ਕੋਲ ਸੁਣੀ ਹੋਵੇ ਨਾ, ਉੱਥੇ ਲਿਖਦੇ ਆ ਵੀ ਸਾਨੂੰ ਕਿਸੇ ਨੇ ਦੱਸਿਆ, ਜਿਹੜੀ ਚੀਜ਼ ਆਪ ਜਾ ਕੇ ਵੇਖੀ ਹੋਵੇ ਉੱਥੇ ਕਹਿ ਦਿੰਦੇ ਵੀ ਮੈਂ ਅੱਖੀਂ ਵੇਖਿਆ। ਕਹਿੰਦੇ ਵੀ ਹੁਣ ਤੀਕਰ ਵੀ ਚਹਿਕੇ ਨਗਰ ਜਦੋਂ ਕਵੀ ਜੀ ਕਥਾ ਲਿਖ ਰਹੇ ਸਨ ਉਦੋਂ ਤੀਕਰ ਦੀ ਤਾਂ ਪੱਕੀ ਗਵਾਹੀ ਹੈ। ਕਹਿੰਦੇ ਵੀ ਉਸ ਗਲੌਰੇ ਦੇ ਘਰ ਵਿੱਚ ਜਿਵੇਂ ਗੁਰਾਂ ਨੇ ਕਿਹਾ ਸੀ ਵੀ ਇਹ ਧਰਮ ਕਮਾਵੇਂਗਾ ਅਤੇ ਦੁਖੀ ਹੋਏਗਾ, ਉਹ ਪਰਿਵਾਰ ਦੇ ਲੋਕ ਦੁਖੀ ਰਹਿੰਦੇ ਨੇ, ਖਾਣ ਪੀਣ ਵੱਲੋਂ ਵੀ ਉਹਨਾਂ ਨੂੰ ਤੰਗੀ ਹੋਈ ਹੈ, ਇਹ ਵੀ ਨਹੀਂ ਪਤਾ ਵੀ ਰੋਟੀ ਮਿਲਣੀ ਹੈ ਜਾਂ ਨਹੀਂ ਮਿਲਣੀ। ਸਤਿਗੁਰ ਚਿਹਕੇ ਤੇ ਚਲ ਆਏ, ਇਸ ਤਰ੍ਹਾਂ ਇਹ ਵਿੱਚ ਇਹ ਗੱਲ ਉਹਨਾਂ ਨੇ ਜ਼ਿਕਰ ਕਰਕੇ ਦੱਸਤਾ ਵੀ ਗੁਰੂ ਦਾ ਜੇ ਬਚਨ ਸਿੱਖ ਨਹੀਂ ਕਮਾਉਂਦਾ ਨਾ, ਭਾਵੇਂ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ, ਪਹਿਲਾਂ ਗੁਰੂ ਨੇ ਕਿੰਨੀ ਮਰਜ਼ੀ ਬਖਸ਼ਿਸ਼ ਕੀਤੀ ਹੋਵੇ, ਪਰ ਜੇ ਬਾਅਦ 'ਚ ਗੁਰਾਂ ਤੋਂ ਬੇਮੁੱਖ ਹੋ ਗਿਆ, ਬਚਨ ਤੋਂ ਬੇਮੁੱਖ ਹੋ ਗਿਆ, ਮਹਾਰਾਜ ਸਾਰਾ ਕੁਝ ਫਿਰ ਵਾਪਸ ਲੈ ਲੈਂਦੇ ਆ, ਸਭ ਕੁਝ ਖੋਹ ਲੈਂਦੇ ਆ। ਸੋ ਇਸ ਤਰ੍ਹਾਂ ਗਲੌਰੇ ਦੀ ਹਾਲਤ ਹੋਈ ਸੀ। ਤੋ ਫਿਰ ਜਦੋਂ ਹੁਣ ਮਹਾਰਾਜ ਚਹਿਕੇ ਨਗਰ ਤੋਂ ਅੱਗੇ ਗਏ ਹਨ ਪੂਰਬ ਵਾਲੇ ਪਾਸੇ, ਕਰਰਾ ਗ੍ਰਾਮ ਪ੍ਰਥਮ ਗੁਰ ਥਾਏ, ਕਰਾ ਗ੍ਰਾਮ ਹੈ ਸਤਿਗੁਰੂ ਸਾਹਿਬ ਜੀ ਉਸ ਸਥਾਨ ਤੇ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ, ਸਤਿਗੁਰਾਂ ਦਾ ਸਥਾਨ ਬਣਿਆ ਏ। ਗਮਨੇ ਜਬ ਸ਼੍ਰੀ ਸਤਿਗੁਰ ਅਤੇ ਫਿਰ ਛੇਵੇਂ ਪਾਤਸ਼ਾਹ ਵੀ ਜਦੋਂ ਗਮਨੇ ਸ਼੍ਰੀ ਜਬ ਸ਼੍ਰੀ ਨਾਨਕ ਮਤੇ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਸਨ। ਹਰਗੋਬਿੰਦ ਗੁਰ ਉਤਰੇ ਹੁਤੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇੱਥੇ ਉਤਰੇ ਸੀ, ਕਰੇ ਨਗਰ 'ਚ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਏ ਨੇ।
ਇਹ ਨਾਨਕ ਮਤੇ ਜਾਂਦਿਆਂ ਹੋਇਆਂ ਛੇਵੇਂ ਪਾਤਸ਼ਾਹ ਵੀ ਇੱਥੇ ਉਤਾਰਾ ਕੀਤਾ ਏ ਬਹਿਰ ਗ੍ਰਾਮ ਤੇ ਅਹੈ ਸਥਾਨ ਆ ਨਗਰ ਤੋਂ ਬਾਹਰ ਵਾਰ ਕਹਿੰਦੇ ਵੀ ਅਸਥਾਨ ਉਹ ਬਣਿਆ ਹੋਇਆ ਹੈ ਪਹੁੰਚੇ ਆਨ ਗੁਰੂ ਭਗਵਾਨ ਭਗਵਾਨ ਪਰਮੇਸ਼ਰ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਉਸ ਸਥਾਨ ਤੇ ਆਣ ਪਹੁੰਚੇ ਵੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ ਨੇ ਉਤਰ ਪਰੇ ਅਸ ਬੰਧਨ ਕੀਨੇ ਆ ਉਤਾਰਾ ਕੀਤਾ ਘੋੜਿਆਂ ਦੀਆਂ ਕਾਠੀਆਂ ਲਾ ਕੇ ਘੋੜੇ ਬੰਨ ਦਿੱਤੇ ਹਨ ਸ਼ੁਭ ਆਸਨ ਪਰ ਗੁਰੂ ਅਸੀਨੇ ਤੇ ਸੋਹਣਾ ਆਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਲਈ ਵਿਛਾਇਆ ਸਤਿਗੁਰੂ ਉਹਦੇ ਉੱਤੇ ਸਵਾਰ ਹੋ ਗਏ ਤਹਾਂ ਮਸੰਦ ਬਸੇ ਮਤ ਮੂੜਾ ਹਾਂ ਤਹਾਂ ਮਸੰਦ ਬਸੇ ਮਤ ਮੂੜਾ ਉੱਥੇ ਕਹਿੰਦੇ ਵੀ ਮੂਰਖ ਮਤ ਵਾਲਾ ਇੱਕ ਮਸੰਦ ਵੱਸਦਾ ਸੀ ਗੁਰੂ ਘਰ ਵੱਲੋਂ ਜ਼ਿੰਮੇਵਾਰੀ ਮਿਲੀ ਸੀ ਸਿੱਖੀ ਦਾ ਪ੍ਰਚਾਰ ਕਰਨ ਦੀ ਤੇ ਗੁਰੂ ਘਰ ਦੀ ਮਾਇਆ ਦੀ ਸਾਂਭ ਸੰਭਾਲ ਦੀ ਪਰ ਹੈ ਕਹਿੰਦੇ ਮੂਰਖ ਹੀ ਸੀ ਬੇਸਮਝ ਜੋ ਨਾ ਲਖੇ ਆਸ਼ੈ ਗੁਰ ਗੂੜਾ ਜਿਹੜਾ ਗੁਰੂ ਸਾਹਿਬ ਜੀ ਦੇ ਗੂੜ ਆਸ਼ੇ ਨੂੰ ਗੂੜ ਰਹੱਸ ਨੂੰ ਜਾਣ ਹੀ ਨਹੀਂ ਸਕਿਆ ਪਤਾ ਹੀ ਨਹੀਂ ਇਹਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਕੌਣ ਹੈ ਮਹਾਰਾਜ ਦੀ ਮਹਾਨਤਾ ਹੀ ਨਹੀਂ ਜਾਣ ਸਕਿਆ ਤੁਰ ਕੇ ਸ਼ਰ ਸਭ ਦੇਸ਼ ਵਿਦੇਸ਼ ਇਹਨੂੰ ਇਸ ਗੱਲ ਦਾ ਪਤਾ ਸੀ ਵੀ ਜਿਹੜਾ ਔਰੰਗਜ਼ੇਬ ਹੈ ਉਹਨੇ ਤਾਂ ਸਭ ਦੇਸ਼ਾਂ ਪ੍ਰਦੇਸ਼ਾਂ ਵਿੱਚ ਖੋਜੇ ਗੁਰ ਕੋ ਸੁਣਿਓ ਵਿਸ਼ੇਸ਼ ਇਹਨੇ ਸੁਣਿਆ ਸੀ ਚੰਗੀ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭਦਾ ਫਿਰਦਾ ਉਹਦੇ ਸਿਪਾਹੀ ਥਾਂ ਥਾਂ ਤੁਰੇ ਫਿਰਦੇ ਸੁੰਘਦੇ ਫਿਰਦੇ ਹਨ ਵੀ ਕਿਤੇ ਗੁਰੂ ਸਾਹਿਬ ਦੀ ਕੋਈ ਖਬਰ ਮਿਲੇ ਮੈਂ ਮਾਰਿਓ ਜਾਊ ਕਦਾਈ ਤੇ ਇੱਦਾਂ ਕਹਿੰਦਾ ਨਾ ਹੋਵੇ ਕਿਤੇ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਸੇਵਾ ਕਰਦੀ ਤੇ ਤੁਰਕ ਮੈਨੂੰ ਹੀ ਨਾ ਕਦੇ ਮਾਰ ਦੇਣ ਵੀ ਤੈਨੂੰ ਕਰਾਉਣੇ ਆ ਸੇਵਾ ਅਸਚਿੰਤਾ ਬਹੁ ਹਿਰਦੇ ਉਪਾਏ ਇਹ ਮੂਰਖ ਨੇ ਭਰੋਸਾ ਨਾ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਆਪ ਉੱਥੇ ਜਾ ਰਹੇ ਆ ਵੀ ਸਤਿਗੁਰਾਂ ਕੋਈ ਗੁਨਾਹ ਥੋੜ੍ਹਾ ਕੀਤਾ ਵੀ ਜੇ ਸੇਵਾ ਕਰੇਗਾ ਵੀ ਤੈਨੂੰ ਤੰਗੀ ਦੇਣਗੇ ਪਰ ਇਹ ਮੂਰਖ ਗੁਰੂ ਪਾਤਸ਼ਾਹ ਦੇ ਉੱਤੇ ਭਰੋਸਾ ਕਾਇਮ ਨਹੀਂ ਰੱਖ ਸਕਿਆ ਚਿੰਤਾ ਬਹੁਤ ਇਹਨੇ ਦਿਲ ਦੇ ਵਿੱਚ ਪੈਦਾ ਕਰ ਲਈ ਸੁਣ ਕੇ ਸਤਿਗੁਰ ਕੋ ਆ ਗਵਰਨ ਜਦੋਂ ਇਹਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੇ ਪਿੰਡ ਦੇ ਬਾਹਰ ਬਾਹਰ ਆ ਕੇ ਉਤਰੇ ਹਨ ਦੁਰ ਕਰ ਰਹੇ ਹੋ ਆਪਣੇ ਆਪਣੇ ਘਰ ਚ ਹੀ ਲੋਕ ਛਿਪ ਗਿਆ ਕਹਿੰਦਾ ਮੇਰੀ ਖਬਰ ਹੀ ਨਾ ਕੱਢਿਓ ਵੀ ਮੈਂ ਘਰੇ ਹੈਗਾ ਜਾਂ ਨਹੀਂ ਹੈਗਾ ਆਖਿਓ ਤ੍ਰੈ ਸੌ ਕੋ ਜੇ ਹਕਾਰ ਆਪਣੀ ਘਰ ਵਾਲੀ ਨੂੰ ਕਹਿ ਦਿੱਤਾ ਵੀ ਬਾਹਰੋਂ ਆ ਕੇ ਜੇ ਕੋਈ ਮੇਰਾ ਨਾਂ ਲੈ ਕੇ ਆਵਾਜ਼ ਮਾਰੇ ਨਾ ਸਿੱਖ ਗੁਰੂ ਦਾ ਨਹੀਂ ਹਾਂ ਤਿਸ ਦੇਹੇ ਅੱਗੋਂ ਕਹਿ ਦੇਣਾ ਵੀ ਉਹ ਤਾਂ ਇੱਥੇ ਹੈ ਹੀ ਨਹੀਂ ਬੜੇ ਦਿਨਾਂ ਦਾ ਬਾਹਰ ਹੀ ਕਿਤੇ ਗਿਆ ਹੈ ਅੰਤਰਜਾਮੀ ਲਖ ਬਿਦ ਸਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋ ਕੀ ਕੋਈ ਲੁਕਾ ਸਕਦਾ ਕੋਈ ਚੀਜ਼ ਅੰਦਰ ਦੀ ਜਾਣਦੇ ਨੇ ਪਾਤਸ਼ਾਹ ਨੇ ਸਾਰੀ ਇਹਦੀ ਹਾਲਤ ਜਾਣ ਲਈ ਵੀ ਮਸੰਦ ਕੱਚਾ ਏ ਇਹਨੂੰ ਭਰੋਸਾ ਨਹੀਂ ਹੈ ਕੱਚੀ ਮਾਇਆ ਦੇ ਨਾਲ ਲੱਗਾ ਹੈ ਨਾ ਮਾਇਆ ਇਕੱਠੀ ਕਰਦੇ ਹੁੰਦੇ ਸਨ ਮਸੰਦ ਕਹਿੰਦੇ ਵੀ ਇਸੇ ਕਰਕੇ ਮਤ ਮਾਰੀ ਗਈ ਇਹਦੀ ਕਹਿਓ ਨਾ ਕੁਛ ਤੂੰ ਸ਼ਰਮੁਖ ਧਾਰੀ ਮਹਾਰਾਜ ਨੇ ਨਾ ਕੋਈ ਵਾਰ ਨਾ ਕੋਈ ਸਰਾਫ ਕੋਈ ਗੁੱਸਾ ਨਾਰਾਜ਼ਗੀ ਕਿਸੇ ਤਰ੍ਹਾਂ ਦਾ ਵਜਨ ਨਹੀਂ ਕੀਤਾ ਮਹਾਰਾਜ ਚੁੱਪ ਹੀ ਰਹੇ ਹਨ ਮਿਲਿਓ ਇੱਕ ਰਾਹਕ ਤਬ ਆਏ ਤਾਂ ਉੱਥੇ ਇੱਕ ਕਿਸਾਨ ਉਸੇ ਪਿੰਡ ਦਾ ਜ਼ਿਮੀਦਾਰ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖ ਕੇ ਆ ਕੇ ਮਿਲਿਆ ਸੇਵ ਕੀ ਨਵਥ ਲਿਆ ਜਿੰਨੇ ਕੁ ਜੋਗਾ ਸੀ ਕੁਝ ਵਸਤੂਆਂ ਲੈ ਆਇਆ ਘੋੜਿਆਂ ਲਈ ਦਾਣਾ ਪੱਠਾ ਮਹਾਰਾਜ ਲਈ ਰਸਤ ਬਸਤ ਭੇਟਾ ਕੀਤੀ ਲਿਆ ਕੇ ਭਾਈ ਪ੍ਰਸੰਨ ਦਰਬ ਗੁਰ ਦੀਨੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰੇਮ ਪਿਆਰ ਵੇਖ ਕੇ ਬਹੁਤ ਖੁਸ਼ ਹੋਏ ਤੇ ਆਪਣੇ ਕੋਲੋਂ ਜਿਹੜਾ ਕੋਈ ਚੜਾਵੇ ਦਾ ਧਨ ਜਮ੍ਹਾਂ ਹੋਇਆ ਸੀ ਨਵੇਂ ਸਤਿਗੁਰਾਂ ਨੇ ਉਹ ਇਸ ਰਾਹਕ ਨੂੰ ਦੇ ਦਿੱਤਾ ਸ੍ਰੀ ਮੁਖ ਤੇ ਫੁਰਮਾਵਨ ਕੀਨੋ ਤੇ ਆਪਣੇ ਸ਼੍ਰੋਮਣੀ ਮੁਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਉਹ ਜ਼ਿਮੀਦਾਰ ਨੂੰ ਕਹਿਣ ਲੱਗੇ ਕੋਪ ਕੇ ਬਾਪੇ ਦੇਹੋ ਬਨਵਾਏ ਪਾਤਸ਼ਾਹ ਕਹਿੰਦੇ ਇਹ ਮਾਇਆ ਲੈ ਲਾ ਭਾਈ ਅਤੇ ਇੱਥੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ ਨਾ ਇਹਦੇ ਨੇੜੇ ਖੂਹ ਲਵਾ ਦੇ ਜਾਂ ਤੇ ਜਾਂ ਕੋਈ ਬੌਲੀ ਡੂੰਘੀ ਕਢਾ ਦੇਣਾ ਕਰ ਇਸ ਥਲ ਉਪ ਬਨ ਸਗਨ ਲਗਾਏ ਤੇ ਫਿਰ ਇਸ ਸਥਾਨ ਦੇ ਨੇੜੇ ਨੇੜੇ ਦੂਰ ਤੀਕਰ ਸੋਹਣੇ ਫਲਦਾਰ ਬੂਟੇ ਲਾ ਲਾ ਕੇ ਬਾਗ ਬਗੀਚਾ ਲਾ ਦੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਨਾਮ ਤੇ ਹਿਮ ਕਹਿ ਨਿਸਾ ਬਸੇ ਗੁਸਾਈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਸਾਹਿਬਾਂ ਦਾ ਮਰਿਆਦਾ ਇਹੀ ਸੀ ਜਿੱਥੇ ਮਾਇਆ ਵੇਖਦੇ ਇਕੱਠੀ ਹੋਈ ਆ ਉਹ ਕਿਤੇ ਨਾ ਕਿਤੇ ਲੇਖੇ ਨਵੇਂ ਪਾਤਸ਼ਾਹ ਲਾ ਦਿੰਦੇ ਤੇ ਉਦਾਂ ਉਹ ਜੀ ਮਸੰਦ ਆਉਂਦਾ ਤਾਂ ਉਹਨੂੰ ਦੇ ਦੇਣੀ ਸੀ ਵੀ ਤੂੰ ਸੇਵਾ ਕਰਾ ਉਹ ਬੇਮੁੱਖ ਹੋਇਆ ਇੱਕ ਸ਼ਰਧਾ ਵਾਲਾ ਸਿੱਖ ਵੇਖਿਆ ਉਹਨੂੰ ਕਹਿੰਦੇ ਵੀ ਇੱਥੇ ਖੂਹ ਵੀ ਲਵਾਈ ਲੋਕ ਸੌਖੇ ਹੋ ਜਾਣਗੇ ਪਿੰਡ ਦੇ ਪਾਣੀ ਦੀ ਤੰਗੀ ਹੁੰਦੀ ਸੀ ਉਹਨਾਂ ਸਮਿਆਂ 'ਚ ਬਹੁਤ ਅਤੇ ਇੱਥੇ ਬਾਗ ਬਗੀਚਾ ਲਾ ਦੇਵੀਂ ਫਲ ਫਰੂਟ ਛਕਿਆ ਕਰਨਗੇ ਲੋਕਾਂ ਦਾ ਭਲਾ ਹੋਵੇਗਾ ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਇਹ ਨਹੀਂ ਸੀ ਸੋਚਦੇ ਵੀ ਸਾਨੂੰ ਕੀ ਫਾਇਦਾ ਜਿਵੇਂ ਅੱਜ ਕੱਲ੍ਹ ਲੋਕ ਸੋਚਦੇ ਨਾ ਧਰਮ ਜਿਹੜੇ ਧਾਰਮਿਕ ਕੰਮ ਕਰਨ ਵਾਲੇ ਉਹ ਲੋਕ ਵੀ ਸੋਚਦੇ ਵੀ ਸਾਨੂੰ ਕੀ ਫਾਇਦਾ ਹੋਊਗਾ
ਵੀ ਇਹ ਅਸੀਂ ਜੇ ਪਾਠ ਰੱਖਾਂਗੇ ਪਾਠ ਦੀ ਜ਼ਿੰਮੇਵਾਰੀ ਉਹ 'ਚ ਸਾਨੂੰ ਕੀ ਫਾਇਦਾ, ਅਸੀਂ ਕੋਈ ਸਮਾਗਮ ਕਰਾਵਾਂਗੇ ਸਾਨੂੰ ਕੀ ਫਾਇਦਾ, ਹਰ ਇੱਕ ਚੀਜ਼ ਪਹਿਲਾਂ ਆਪਣਾ ਫਾਇਦਾ ਵੇਖਦੇ ਹੈ ਸਾਨੂੰ ਕੀ ਬਚੂਗਾ, ਸਾਨੂੰ ਪੱਲਿਓਂ ਕੋ ਨਹੀਂ ਲਾਉਣਾ ਪਊਗਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਵੀ ਇੱਥੇ ਬਾਗ ਲਾ ਦੇ, ਖੂਹ ਲਾ ਦੇ, ਉੱਥੇ ਰਹਿਣਾ ਸਤਿਗੁਰਾਂ, ਨਗਰ ਦੇ ਲੋਕਾਂ ਬਾਗ ਦੇ ਫਲ ਵਰਤਣੇ, ਉਹਨਾਂ ਹੀ ਜਲ ਵਰਤਣਾ, ਸਾਹਿਬ ਆਏ ਪਰਉਪਕਾਰ ਕਰਨ ਵਾਸਤੇ ਹਨ, ਸੰਸਾਰ ਦੀ ਕਲਿਆਣ ਕਰਨ ਵਾਸਤੇ ਆਏ ਨੇ ਗਰੀਬ ਨਵਾਜ। ਸਾਹਿਬ ਕਹਿੰਦੇ ਵੀ ਇਹ ਸੇਵਾ ਕਰਾਉਣੀ ਆ ਤੂੰ, ਇਸ ਤਰ੍ਹਾਂ ਕਹਿ ਕੇ ਰਾਤ ਪੈ ਗਈ, ਬਚਨ ਬਲਾਹ ਕਰਦੇ ਹਾਂ ਤੇ ਰਾਤ ਦਾ ਸਮਾਂ ਇਸ ਕਰੜੇ ਨਗਰ ਵਿੱਚ ਸਾਹਿਬ ਜੀ ਨਿਵਾਸ ਕੀਤਾ। ਭਾਈ ਪ੍ਰਾਤ ਤਿਆਰੀ ਕਰਵਾਈ, ਅੰਮ੍ਰਿਤ ਵੇਲਾ ਹੋਇਆ ਤਾਂ ਅੱਗੇ ਜਾਣ ਦੀ ਤਿਆਰੀ ਕਰ ਲਈ ਸਤਿਗੁਰਾਂ ਨੇ, ਜੀਨ ਤੋਂ ਰੰਗਨ ਪਾਏ ਸੁਹਾਏ, ਘੋੜਿਆਂ ਤੇ ਕਾਠੀਆਂ ਕੱਸ ਲੀਆਂ, ਸੋਹਣੇ ਘੋੜੇ ਫੱਬ ਗਏ ਹਨ, ਪੰਥ ਸਿਧਾਏ। ਮਹਾਰਾਜ ਸਾਹਿਬ ਜੀ ਵੀ ਆਪ ਸਵਾਰ ਹੋ ਗਏ ਘੋੜੇ ਤੇ, ਛਾਲ ਮਾਰ ਕੇ ਤੇ ਮਾਰਗ ਚੱਲ ਪਏ। ਇੱਕ ਦੋਏ ਮੰਜ਼ਲ ਦੀਰਗਾ ਚੱਲੇ, 12 ਕੋਹ ਦੀ ਮੰਜ਼ਲ ਚੱਲਦੇ ਹੁੰਦੇ ਸੀ, ਪਰ ਮਹਾਰਾਜ ਨੇ 12 ਕੋਹ ਤੋਂ ਜ਼ਿਆਦਾ ਜ਼ਿਆਦਾ ਪੈਂਡਾ ਇਕੱਠਾ ਹੀ ਤੈਅ ਕੀਤਾ 1-2 ਦਿਨ। ਬਾਂਗਰ ਦੇਸ਼ ਵਿਖੇ ਸਿੱਖ ਨਾਲੇ, ਬਾਂਗਰ ਦੇਸ਼ ਦੇ ਵਿੱਚ ਮਹਾਰਾਜ ਗਏ। ਬਾਂਗਰ ਦੇਸ਼ ਦੇ ਵਿੱਚ ਬਹੁਤੇ ਕੋਈ ਸਿੱਖ ਤਾਂ ਹੁੰਦੇ ਹੈ ਨਹੀਂ ਸੀ, ਕੋਈ ਭਾਵਣਾ ਭੂਮਣਾ ਵਾਲੇ ਲੋਕ ਨਹੀਂ ਉੱਥੋਂ ਦੇ, ਤਾਂ ਕਰਕੇ ਮਹਾਰਾਜ ਨੇ ਦੂਰ ਦੂਰ ਹੀ ਡੇਰਾ ਕੀਤਾ ਵੀ ਇਹਨਾਂ ਤੋਂ ਗਾਂ ਹੀ ਜਾਣਾ ਚੰਗਾ ਹੈ, ਤੇ ਸਿੱਖ ਵੀ ਨਾਲ ਹੀ ਜਾ ਰਹੇ ਨੇ 5। ਖਰਕ ਗ੍ਰਾਮ ਨੇ ਗੋਰਦ ਬਸਾਲਾ, ਖਰਕ ਨਗਰ ਆਇਆ, ਉਹਦੇ ਬਾਹਰ ਬਾਹਰ ਇੱਕ ਬਹੁਤ ਵੱਡਾ ਸਾਧ ਸੰਗਤ ਬੋੜ ਦਾ ਦਰਖਤ ਸੀ, ਉਹਦੇ ਥੱਲੇ ਮਹਾਰਾਜ ਨੇ ਆਪਣਾ ਪੜਾ ਕੀਤਾ, ਡੇਰਾ ਕਰ ਲਿਆ। ਤਾਂ ਜਾਏ ਡੇਰਾ ਗੁਰੂ ਡਾਲਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਖਰਵ ਨਗਰ ਦੇ ਬਾਹਰ ਬਾਹਰ ਜਾ ਕੇ ਬੋੜ ਥੱਲੇ ਆਪਣਾ ਟਿਕਾਣਾ ਕੀਤਾ ਹੈ। ਤਾਂ ਜੀਨ ਉਤਾਰੇ ਤ੍ਰਿਣ ਅਨਵਾਏ, ਤੇ ਇਸ ਖਰਕ ਨਗਰ ਦੇ ਵਿੱਚ ਜਦੋਂ ਉਤਰੇ ਤਾਂ ਜਾਏ ਡੇਰਾ ਗੁਰੂ ਡਾਲਾ, ਜੀਨ ਉਤਾਰੇ ਤ੍ਰਿਣ ਅਨਵਾਏ, ਘੋੜਿਆਂ ਦੀਆਂ ਕਾਠੀਆਂ ਉਤਾਰ ਕੇ ਘੋੜੇ ਬੰਨ ਦਿੱਤੇ ਤੇ ਉਹਨਾਂ ਦੇ ਵਾਸਤੇ ਦਾਣਾ ਪੱਠਾ ਮਹਾਰਾਜ ਨੇ ਮੰਗਾਇਆ ਮੁੱਲ ਖਰੀਦਣ ਲਈ। ਦਈ ਨਿਹਾਰੀ ਹੈ ਤ੍ਰਿਪਤਾਏ, ਆ ਜਦੋਂ ਘਾਹ ਪੱਠਾ ਦਾਣਾ ਮੰਗਾਇਆ, ਨਿਹਾਰੀਆਂ ਬਣਾ ਕਰਕੇ ਮਹਾਰਾਜ ਸਾਹਿਬ ਨੇ ਘੋੜਿਆਂ ਨੂੰ ਛਕਾਇਆ, ਤ੍ਰਿਪਤ ਕੀਤੇ, ਕਿਉਂਕਿ ਘੋੜਿਆਂ ਦੇ ਸਿਰ ਦੇ ਉੱਤੇ ਇਹਨਾਂ ਇਹਨਾਂ ਪੈਂਡਾ ਤੈਅ ਕਰ ਰਹੇ ਨੇ, ਮਹਾਰਾਜ ਸਾਹਿਬ ਜੀ ਘੋੜਿਆਂ ਦੇ ਆਪ ਸੇਵਾ ਕਰ ਰਹੇ ਹਨ। ਕਰਵਾਇਓ ਬਹੁ ਭਾਂਤ ਆਹਾਰ, ਤੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਮਹਾਰਾਜ ਨੇ ਸ਼ਗਨ ਛਕਾਉਣ ਵਾਸਤੇ ਤਿਆਰ ਕਰਵਾ ਲਏ। ਖਾਣ ਪਾਨ ਕਰ ਭਲੇ ਪ੍ਰਕਾਰ, ਜਦੋਂ ਲੰਗਰ ਛਕ ਲਿਆ ਤਾਂ ਭੋਜਨ ਪ੍ਰਸ਼ਾਦਾ ਛਕਿਆ ਚੰਗੀ ਤਰ੍ਹਾਂ। ਆਨਿਓ ਮੰਚ ਤਾਹੇ ਪਰ ਬੈਸੇ, ਆਨਿਓ ਮੰਚ ਤਾਹੇ ਪਰ ਬੈਸੇ, ਇੱਕ ਪਲੰਘਾ ਮਹਾਰਾਜ ਨੇ ਮੰਗਵਾਇਆ, ਉਸ ਦੇ ਉੱਤੇ ਬਿਰਾਜਮਾਨ ਹੋ ਗਏ ਨਾਵੇਂ ਸਤਿਗੁਰੂ। ਸੰਗੀ ਸਿੱਖ ਬੋਲਿਓ ਤਬ ਐਸੇ, ਜਦੋਂ ਮਹਾਰਾਜ ਭੋਜਨ ਛਕ ਕੇ ਪਲੰਘੇ ਤੇ ਬੈਠੇ ਤਾਂ ਜਿਹੜੇ ਨਾਲ ਸੇਵਕ ਸਨ, ਭਾਈ ਦਯਾਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਮਤੀ ਦਾਸ ਸਾਧਕ, ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਵੀ ਇਹ ਸੱਚੇ ਪਾਤਸ਼ਾਹ, ਸਾਡੇ ਮਨ 'ਚ ਇੱਕ ਸਵਾਲ ਹੈ, ਤੁਰਕਨ ਘਾਲ ਵਿਸਾਲੇ ਘਾਲ, ਇਹ ਜਿਹੜੇ ਤੁਰਕ ਹੈ ਇਹਨਾਂ ਨੇ ਕੋਈ ਬਹੁਤੀ ਤਗੜੀ ਘਾਲ ਕਮਾਈ ਕੀਤੀ ਹੋਵੇਗੀ ਨਾ, ਜਿਹੜਾ ਇੱਡਾ ਵੱਡਾ ਮਹਾਰਾਜ ਇਹਨਾਂ ਦਾ ਰਾਜ ਹੈ। ਆਪਣੀ ਰਾਜ ਤੇਜ ਬੜ ਨਾਲ, ਵੇਖੋ ਸਾਰੀ ਧਰਤੀ ਦੇ ਇਹਨਾਂ ਤੁਰਕਾਂ ਨੇ ਰਾਜ ਫੈਲਾਇਆ ਹੋਇਆ, ਤੇ ਤੇਜ ਪ੍ਰਤਾਪ ਵੀ ਹੈ, ਲੋਕ ਡਰਦੇ ਫਿਰਦੇ ਆ ਨਾ ਤੁਰਕੜਿਆਂ ਕੋਲ। ਨਹੀਂ ਮਵਾਸਾ ਕਿ ਤੂੰ ਕੋਈ, ਤੇ ਕੋਈ ਵੀ ਐਸੀ ਥਾਂ ਨਹੀਂ ਹੈ ਜਿੱਥੇ ਕੋਈ ਔਰੰਗਜ਼ੇਬ ਕੋਲ ਆਕੀ ਰਹਿ ਸਕਦਾ ਹੋਵੇ, ਸਾਰੇ ਹੀ ਉਹਨੇ ਜਿੱਤੇ ਹੋਏ ਹਨ। ਹਾਲਾ ਭਰੇ ਨਮਰ ਸਿਰ ਹੋਏ, ਫਿਰ ਵੇਖੋ ਮਹਾਰਾਜ ਹਾਲਾ ਭਰਦੇ ਆ, ਆਪਣੀ ਕਮਾਈ ਦੇ ਵਿੱਚੋਂ ਪੈਸੇ ਦਿੰਦੇ ਆ, ਨਿਵ ਨਿਵ ਕੇ ਕਹਿੰਦੇ ਵੀ ਨਮਸਕਾਰਾ ਕਰਦੇ ਬਾਦਸ਼ਾਹ ਨੂੰ। ਸੁਣ ਕੇ ਸਤਿਗੁਰ ਬਾਕ ਬਖਾਨਾ, ਜਦੋਂ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲੋਂ ਇਸ ਤਰ੍ਹਾਂ ਪੁੱਛਿਆ ਵੀ ਇਹਦਾ ਸਤਿਗੁਰੂ ਜੀ ਕੀ ਕਾਰਨ ਹੈ, ਤਾਂ ਸੁਣ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ, ਸਨੇ ਸਨੇ ਅਬ ਕਰ ਹੈ ਹਾਨਾ। ਮਹਾਰਾਜ ਜੀ ਕਹਿੰਦੇ ਕੋਈ ਨਹੀਂ, ਇਹਨਾਂ ਨੂੰ ਜਿਹੜਾ ਰਾਜ ਭਾਗ ਮਿਲਿਆ ਹੈ ਨਾ, ਕਹਿੰਦੇ ਵੀ ਸਹਿਜੇ ਸਹਿਜੇ ਇਹਦੀ ਅਸੀਂ ਹਾਨੀ ਕਰਾਂਗੇ, ਸਹਿਜੇ ਸਹਿਜੇ ਇਹਦਾ ਨਾਸ ਕਰ ਦਿਆਂਗੇ। ਪਾਪ ਵਡੇਰੇ ਕਹੋ ਨਿਤ ਲਾਗੇ, ਪਾਪ ਵਡੇਰੇ ਕਹੋ ਨਿਤ ਲਾਗੇ, ਪਾਤਸ਼ਾਹ ਕਹਿੰਦੇ ਵੀ ਬੜੇ ਪਾਪ ਕਰਦੇ ਆ, ਤੇ ਸਹਿਜੇ ਸਹਿਜੇ ਕੋਈ ਨਹੀਂ ਇਹਨਾਂ ਦਾ ਤੇਜ ਘਟੂਗਾ, ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਪੋਟੀ ਦੇਵਾਂਗੇ ਅਸੀਂ। ਭਏ ਅੰਧ ਦੁਰ ਮਤ ਚਿਤ ਪਾਗੇ, ਕਿਉਂਕਿ ਅੰਧੇ ਹੋ ਗਏ ਨੇ, ਅਕਲ ਦੇ ਭੈੜੀ ਮਤ ਹੈ, ਤੇ ਮਾੜੇ ਕੰਮ ਕਰਨ ਵਿੱਚ ਹੀ ਇਹਨਾਂ ਦਾ ਚਿੱਤ ਮਿਲ ਗਿਆ ਹੈ, ਰਾਜ ਭਾਗ ਤਾਂ ਠੀਕ ਮਿਲਿਆ ਇਹਨਾਂ ਨੂੰ, ਪਰ ਸਾਹਿਬ ਕਹਿੰਦੇ ਕੰਮ ਮਾੜੇ ਕਰਦੇ ਹਨ। ਤਪਨ ਮਹਾ ਤਪ ਧਰਮ ਕਮਾਵਨ, ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਤਪ ਹੈ ਨਾ,
ਤਪ ਕਰਨਾ ਅਤੇ ਧਰਮ ਕਮਾਉਣਾ ਹੈ। ਜਾਤੇ ਰਾਜ ਸੋ ਤੇਜ ਵਧਾਵਨ, ਇਹ ਜਿਹੜਾ ਤਪ ਕਰੇ ਤੇ ਧਰਮ ਕਮਾਵੇ ਇਹਦੇ ਨਾਲ ਰਾਜ ਭਾਗ ਦਾ ਤੇਜ ਪ੍ਰਤਾਪ ਵੱਧਦਾ ਹੁੰਦਾ ਹੈ। ਵੀ ਜੇ ਰਾਜ ਮਿਲ ਗਿਆ ਹੈ ਨਾ ਤਾਂ ਹੁਣ ਕਹਿੰਦੇ ਵੀ ਰਾਜ ਤੇ ਬੈਠ ਕੇ ਤਾਂ ਤਪ ਨਾ ਛੱਡੇ, ਫਿਰ ਧਰਮ ਕਮਾਵੇ ਦੇ ਨਾਲ ਕੀ ਹੋ ਵੀ ਰਾਜ ਭਾਗ ਦਾ ਤੇਜ ਹੋਰ ਵੱਧਦਾ ਜਾਂਦਾ ਏ। ਓਹੇ ਪ੍ਰਿਥੀ ਪਤ ਫਲ ਕੋ ਪਾਵੇ, ਤੇ ਜਿਹੜਾ ਇਸ ਤਰ੍ਹਾਂ ਦਾ ਕੋਈ ਧਰਮ ਕਰਦਾ ਕੋਈ ਬੰਦਗੀ ਕਰਦਾ ਹੈ ਨਾ ਫਿਰ ਉਹਨੂੰ ਰਾਜ ਭਾਗ ਮਿਲਦਾ ਤੇ ਹੋਏ ਪ੍ਰਿਥੀ ਪਤ ਫਲ ਕੋ ਪਾਵੇ, ਉਹ ਧਰਮ ਕਮਾਉਣ ਦਾ ਬੰਦਗੀ ਕਰਨ ਦਾ ਫਲ ਸਾਹਿਬ ਕਹਿੰਦੇ ਇਹ ਮਿਲਦਾ ਏ ਵੀ ਧਰਤੀ ਦੇ ਰਾਜੇ ਬਣ ਕੇ ਰਾਜ ਕਮਾਉਂਦੇ ਹਨ। ਨਿਰਪਤ ਬਨਹਿ ਪੁੰਨ ਧਰਮ ਕਮਾਵੇ, ਤੇ ਇਸ ਤਰ੍ਹਾਂ ਚਾਹੀਦਾ ਵੀ ਜੇ ਤਪ ਕਰਕੇ ਹੁਣ ਰਾਜ ਮਿਲਿਆ, ਜਦੋਂ ਰਾਜਾ ਬਣ ਜਾਵੇ ਰਾਜ ਗੱਦੀ ਤੇ ਕੋਈ ਬਹਿ ਜਾਵੇ ਕੋਈ ਅਹੁਦਾ ਮਿਲ ਜਾਵੇ ਤਾਂ ਉੱਥੇ ਵੀ ਕਹਿੰਦੇ ਵੀ ਧਰਮ ਨਾ ਛੱਡੇ, ਧਰਮ ਕਮਾਈ ਜਾਵੇ। ਕਰਹੇ ਨਿਆਉ ਨਹਿ ਲੋਭੀ ਬਨਹਿ, ਕਦੀ ਵੀ ਲੋਭ ਲਾਲਚ ਨਾ ਕਰੇ, ਨਿਆਉ ਕਰੇ ਇਨਸਾਫ ਕਰੇ ਸਾਰਿਆਂ ਦੇ ਨਾਲ। ਰਛੇ ਜਗਤ ਦਇਆ ਮਨ ਸਨੈ, ਰਛੇ ਜਗਤ ਦਇਆ ਮਨ ਸਨੇ, ਮਨ ਦੇ ਵਿੱਚ ਦਇਆ ਰੱਖੇ, ਦਇਆ ਦੇ ਸਮੇਤ ਆਪਣੀ ਪ੍ਰਜਾ ਦੀ ਰੱਖਿਆ ਕਰੇ, ਰਾਜੇ ਦਾ ਧਰਮ ਹੈ। ਦੁੱਖ ਨਿਵਾਰੇ ਸੁੱਖ ਕੋ ਦੇਹੇ, ਆਪਣੇ ਲੋਕਾਂ ਦੇ ਦੁੱਖ ਦੂਰ ਕਰੇ, ਉਹਨਾਂ ਦੀਆਂ ਸ਼ਿਕਾਇਤਾਂ ਸੁਣੇ ਵੀ ਤੰਗੀ ਕੀ ਹੈ, ਤੇ ਪ੍ਰਜਾ ਦੇ ਦੁੱਖ ਦੂਰ ਕਰਨੇ ਇਹ ਰਾਜੇ ਦਾ ਫਰਜ਼ ਹੈ, ਤੇ ਜਿਹੜਾ ਦੁੱਖ ਦੂਰ ਕਰੇ ਤੇ ਫਿਰ ਸੁੱਖ ਦੇਵੇ। ਜੇ ਰਾਜ ਭਾਗ ਮਿਲਿਆ ਏ ਪ੍ਰਜਾ ਦੇ ਦੁੱਖ ਦੂਰ ਕਰਕੇ ਤਾਂ ਉਹਨਾਂ ਨੂੰ ਸੁਖੀ ਕਰਨ ਦਾ ਯਤਨ ਕਰੇ। ਉਚਿਤ ਪ੍ਰਜਾ ਤੇ ਧਨ ਕੋ ਲੈ, ਤੇ ਫਿਰ ਜਿਹੜੀ ਪ੍ਰਜਾ ਹੈ ਨਾ ਉਹਨਾਂ ਦੇ ਕੋਲੋਂ ਯੋਗ ਧਨ ਲਵੇ। ਵੀ ਉਹ ਟੈਕਸ ਤਾਂ ਠੀਕ ਆ ਵੀ ਲੈਣਾ ਪੈਂਦਾ ਸਰਕਾਰਾਂ ਨੂੰ, ਪਰ ਕਹਿੰਦੇ ਵੀ ਇਹ ਨਾ ਹੋਵੇ ਵੀ ਲੋਕਾਂ ਦੀ ਸਾਰਾ ਅਗਤ ਹੀ ਆਪਣਾ ਗੋਡਾ ਰੱਖ ਲਏ, ਉਹਨਾਂ ਕੋਲ ਯੋਗ ਲਵੇ ਇਹ ਵੇਖ ਕਰਕੇ ਵੀ ਕਿੰਨਾ ਕੁ ਲਵਾਂ ਤਾਂ ਇਹ ਦੁਖੀ ਨਹੀਂ ਹੋਣਗੇ। ਜਿਹੜਾ ਰਾਜਾ ਹੈ ਉਹ ਲੋਕਾਂ ਦੇ ਕੋਲੋਂ ਜਿਹੜਾ ਟੈਕਸ ਲੈਂਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਉਹਨੂੰ ਚਾਹੀਦਾ ਵੀ ਉਹ ਵੀ ਉਚਿਤ ਲਵੇ, ਭਾਵ ਕਿ ਬਹੁਤਾ ਕਿਸੇ ਦੇ ਭਾਰ ਨਾ ਪਾ ਦੇਵੇ ਵੀ ਲੋਕ ਭੁੱਖੇ ਹੀ ਮਰਨ ਲੱਗ ਪੈਣ। ਤਸਕਰ ਬਟ ਭਾਰਨ ਕੋ ਮਾਰ, ਹਾਂ ਫਿਰ ਜਿਹੜੇ ਚੋਰ ਹੁੰਦੇ ਨੇ ਚੋਰਾਂ ਦੇ ਕਈ ਭੇਸ ਹੈ, ਇੱਕ ਤਾਂ ਸਿੱਧਾ ਲੁੱਟ ਕੇ ਲੈ ਜਾਂਦੇ ਆ, ਇੱਕ ਜਿਹੜੇ ਹੋਰ ਭੇਸ ਬਣਾ ਕੇ ਲੁੱਟਦੇ ਆ, ਫਿਰ ਰਾਹ ਮਾਰ ਹੁੰਦੇ ਹਨ ਜਿਹੜੇ ਇਹ ਦੁਨੀਆਂ ਨੂੰ ਦੁਖੀ ਕਰਦੇ, ਇਹਨਾਂ ਨੂੰ ਮਾਰ ਨਾ ਕਰੇ। ਅੱਜ ਕੱਲ੍ਹ ਦੇ ਰਾਜੇ ਮਹਾਰਾਜ ਸਾਹਿਬ ਨੇ ਕਿਹਾ ਨਾ ਰਾਜੇ ਸੀ ਮੁਕੱਦਮ ਕੁੱਤੇ, ਸਾਹਿਬ ਜੀ ਕਹਿੰਦੇ ਵੀ ਜਿਹੜੇ ਰਾਜੇ ਹਨ ਇਹਨਾਂ ਦੇ ਜਿਹੜੇ ਸਭ ਤੋਂ ਵੱਡੇ ਪਾਲਤੂ ਕੁੱਤੇ ਬਣੇ ਹੋਏ ਆ, ਅਤੇ ਆਪ ਜਿਹੜੇ ਰਾਜੇ ਨੇ ਲੋਕਾਂ ਦਾ ਖੂਨ ਪੀਣ ਦੇ ਲਈ ਸ਼ੇਰ ਬਣੇ ਹੋਏ ਆ। ਇਹ ਇਸ ਤਰ੍ਹਾਂ ਦਾ ਜਿਹੜਾ ਰਾਜ ਭਾਗ ਚੱਲ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਬਚਨ ਵੀ ਕਹੇ ਦੇ, ਭਵਿੱਖ ਦੇ ਵੀ ਬਚਨ ਹੈ, ਗੁਰੂ ਦੀ ਬਾਣੀ ਸਦਾ ਹੀ ਅਟਲ ਹੈ। ਜੇ 500 ਸਾਲ ਪਹਿਲਾਂ ਲਾਗੂ ਹੁੰਦੀ ਤਾਂ ਹੁਣ ਵੀ ਲਾਗੂ ਹੁੰਦੀ, ਹੁਣ ਵੀ ਰਾਜੇ ਇਵੇਂ ਹੀ ਕਰ ਰਹੇ ਆ ਨਾ, ਉਹਨਾਂ ਦੇ ਜਿਹੜੇ ਨੌਕਰ ਚਾਕਰ ਹੈ ਉਹ ਕੁੱਤੇ ਵਾਂਗ ਹੀ ਕਰ ਰਹੇ ਨੇ, ਲੋਕਾਂ ਦਾ ਮਾਸ ਨੋਜ ਨੋਜ ਖਾਂਦੇ ਆ, ਲਿਆ ਲਿਆ ਕੇ ਰਾਜੇ ਅੱਗੇ ਸੁੱਟਦੇ ਆ, ਲੋਕ ਦੁਖੀ ਵਿਚਾਰੇ ਹਾ ਪੋਰਿਆ ਮਚਾ ਰਹੇ ਆ। ਉਹ ਕਹਿੰਦਾ ਮੈਂ ਤੁਹਾਨੂੰ ਸੁਖੀ ਕਰਨਾ, ਉਹ ਕਹਿੰਦੇ ਸਾਨੂੰ ਇਹੋ ਜਿਹੇ ਸੁੱਖ ਦੀ ਲੋੜ ਨਹੀਂ, ਤੂੰ ਆਪਣਾ ਇਹ ਸੁੱਖ ਆਪਣੇ ਕੋਲ ਰੱਖ ਲੈ। ਰਾਜੇ ਨੂੰ ਲੋਕ ਪ੍ਰਜਾ ਦੇ ਕਹਿ ਰਹੇ ਆ ਵੀ ਅਸੀਂ ਆਪਣੀ ਕਮਾਈ ਆਪੇ ਕਰ ਲਾਂਗੇ, ਪਰ ਜਿਵੇਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ, ਕਿਉਂਕਿ ਬਚਨ ਇਤਿਹਾਸ ਦੇ ਉਹਦੇ ਨਾਲ ਢੁੱਕਵੇਂ ਆ ਗਏ ਨਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਰਾਜ ਮਿਲਿਆ ਹੋਵੇ ਅਤੇ ਰਾਜਾ ਲੋਭ ਨਾ ਕਰੇ, ਧਰਮੀ ਹੋਵੇ, ਨਿਆਂ ਕਰੇ, ਪ੍ਰਜਾ ਨੂੰ ਦੁਖੀ ਵੇਖ ਕੇ ਉਹਦਾ ਦੁੱਖ ਦੂਰ ਕਰੇ, ਉਹਨੂੰ ਸੁੱਖ ਦੇਵੇ। ਜੇ ਪ੍ਰਜਾ ਨੂੰ ਦੁੱਖ ਦਿੰਦਾ ਫਿਰ ਉਹ ਰਾਜਾ ਕਾਹਦਾ ਹੈ, ਉਹ ਬੇਈਮਾਨ ਹੈ। ਉਹਦਾ ਤਾਂ ਕੰਮ ਹੈ ਵੀ ਚੋਰਾਂ ਠੱਗਾਂ ਕੋਲ ਲੋਕਾਂ ਆਪਣਿਆਂ ਨੂੰ ਬਚਾਉਣਾ, ਇਹ ਕੰਮ ਤਾਂ ਨਹੀਂ ਹੈ ਰਾਜਿਆਂ ਦਾ ਵੀ ਚੋਰ ਠੱਗਾਂ ਦੇ ਜਿਹੜਾ ਹੈ ਜਾ ਕੇ ਪੈਰਾਂ 'ਚ ਜਿਹੜਾ ਆਪਣੀ ਪ੍ਰਜਾ ਨੂੰ ਪਾ ਦੇਣਾ। ਜਿਵੇਂ ਚੋਰ ਠੱਗ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਆ, ਸਾਰੇ ਗਰੀਬ ਲੋਕ ਜਿਹੜੇ ਹਨ ਕਾਮੇ ਲੋਕ ਨੇ, ਉਹਨਾਂ ਨੂੰ ਉਹਨਾਂ ਦੇ ਪੈਰੀ ਪਾਈ ਜਾਂਦੇ ਨੇ, ਮਹਾਰਾਜ ਉਹਨਾਂ ਨੂੰ ਵੀ ਅਕਲ ਬਖਸ਼ੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇਸ਼ਾਰਾ ਰਾਜਿਆਂ ਵੱਲ ਵੀ ਹੈ, ਅਫਸਰਾਂ ਵੱਲ ਵੀ ਹੈ, ਗੱਲ ਕਿ ਜਿਹਨੂੰ ਵੀ ਤਾਕਤ ਮਿਲੀ ਹੈ ਕਿਸੇ ਰੂਪ 'ਚ, ਵੀ ਜੇ ਤਾਕਤ ਮਿਲੀ ਹੈ ਤਾਂ ਇਹਦਾ ਸਦ ਉਪਯੋਗ ਕਰੀ, ਦੁਨੀਆਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੁਖੀ ਕਰਨ ਦਾ ਯਤਨ ਕਰੀਏ, ਪ੍ਰਜਾ ਦੇ ਅਸੀਸਾਂ ਲਵੀ, ਗਾਲਾਂ ਨਾ ਖਾਵੀ ਭਲਿਆ। ਇਤਿਹਾਦਕ ਗਨ ਬਿਘਨ ਬਿਦਾ ਰਹੇ, ਇਤਿਹਾਦਕ ਮਹਾਰਾਜ ਕਹਿੰਦੇ ਹੋਰ ਵੀ ਕਈ ਬਿਘਨ ਹੁੰਦੇ ਨੇ, ਸਾਰੇ ਹੀ ਦੂਰ ਕਰੇ, ਰਾਜੇ ਦਾ ਫਰਜ਼ ਹੈ। ਕੋਈ ਵੀ ਰੁਕਾਵਟ ਪੈਂਦੀ ਆ, ਜਿਵੇਂ ਇੱਕ ਮਾਂ ਬਾਪ ਹੁੰਦੇ ਜਿਹਨਾਂ ਜਨਮ ਦਿੱਤਾ ਹੈ, ਇੱਕ ਜਿਹੜਾ ਰਾਜਾ ਹੁੰਦਾ ਹੈ ਨਾ ਇਹ ਵੀ ਪ੍ਰਜਾ ਦਾ ਬਾਪ ਹੀ ਹੁੰਦਾ ਹੈ, ਬਾਪ ਵਾਂਗ ਹੀ ਪ੍ਰਤਪਾਲਣਾ ਕਰਨੀ ਹੁੰਦੀ ਹੈ। ਪਰ ਕਹਿੰਦੇ ਕਸਾਈ ਨਾ ਬਣ ਜਾਵੇ ਕਿਤੇ,
ਮਾਂ ਬਾਪ ਬਣ ਕੇ ਪਾਲਣਾ ਕਰਨੀ ਹੈ, ਪਰ ਸੱਪਣੀ ਵਰਗੀ ਮਾਂ ਨਾ ਬਣ ਜੇ ਰਾਜਾ ਜਿਹੜਾ ਹੋਵੇ। ਜਿਵੇਂ ਸੱਪਣੀ ਆਪਣੇ ਹੀ ਬੱਚੇ ਖਾ ਜਾਂਦੀ ਹੈ ਨਾ, ਉਹੋ ਜਿਹੀ ਮਾਂ ਨਾ ਬਣੇ ਰਾਜਾ। ਉਹ ਮਾਂ ਬਣੇ ਵੀ ਜਿਹੜਾ ਪ੍ਰਤਪਾਲਣਾ ਕਰਦਾ ਏ। ਬਿੱਲੀ ਆਪਣੇ ਦੰਦਾਂ ਨਾਲ ਚੂਹੇ ਨੂੰ ਮਾਰੇ ਉਹ ਮਰ ਜਾਂਦਾ ਹੈ, ਪਰ ਆਪਣੇ ਦੰਦਾਂ ਨਾਲ ਆਪਣੇ ਬੱਚੇ ਨੂੰ ਫੜੇ ਉਹਨੂੰ ਉਹ ਨੁਕਸਾਨ ਨਹੀਂ ਹੋਣ ਦਿੰਦੀ। ਇਸ ਤਰ੍ਹਾਂ ਦਾ ਰਾਜਾ ਹੋਣਾ ਚਾਹੀਦਾ। ਰਾਜਾ ਮਾਈ ਬਾਪ ਹੀ ਹੁੰਦਾ ਹੈ ਪ੍ਰਜਾ ਦਾ, ਇੱਕ ਹਿਸਾਬ ਨਾਲ ਇਹਨਾਂ ਦੇ ਦੁੱਖ ਦੂਰ ਕਰੇ। ਜਿਸ ਕੀ ਕੁਲ ਤੇ ਰਾਜ ਨਾ ਜਾਏ, ਤੇ ਜਿਹੜਾ ਇਸ ਤਰ੍ਹਾਂ ਦਾ ਰਾਜ ਕਰਦਾ ਨਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੀ ਕੁਲ ਚੋਂ ਰਾਜ ਨਾਸ ਨਹੀਂ ਹੁੰਦਾ, ਉਹ ਤਾਂ ਸਦਾ ਹੀ ਅਵਨਾਸੀ ਰਾਜ ਮਾਣਦਾ ਹੈ। ਜਥਾ ਯੋਗ ਜੋ ਧਰਮ ਚਲਾਏ, ਜਿਹੜਾ ਜਥਾ ਯੋਗ ਜਿਹੜਾ ਸਹੀ ਗੱਲ ਹੈ, ਰਾਜ ਭਾਗ ਤੇ ਬੈਠਾ ਵੀ ਧਰਮ ਚ ਕਾਇਮ ਰਹੇ ਤੇ ਧਰਮ ਦੇ ਮੁਤਾਬਕ ਕਹਿੰਦੇ ਵੀ ਆਪਣਾ ਰਾਜ ਭਾਗ ਚਲਾਵੇ। ਪ੍ਰਥਮ ਤਪ ਕਰ ਭੇ ਰਾਜਾ, ਜਿਹਨੂੰ ਪ੍ਰਥਮ ਤਪ ਕਰ ਭੇ ਰਾਜਾ, ਜਿਹੜੇ ਪਾਤਸ਼ਾਹ ਕਹਿੰਦੇ ਪਹਿਲਾਂ ਤਪ ਕਰਦੇ ਨੇ ਫਿਰ ਰਾਜੇ ਬਣ ਗਏ ਹਨ। ਰਾਜ ਪਾਏ ਪੁਨ ਲੱਗੇ ਕੁਕਾਜ, ਪਰ ਜਦੋਂ ਰਾਜ ਮਿਲ ਗਿਆ, ਪਹਿਲਾਂ ਤਾਂ ਬਹੁਤ ਤਰਲੇ ਕੱਢਦੇ ਸੀ, ਜਦੋਂ ਰਾਜ ਮਿਲ ਗਿਆ ਫਿਰ ਖੋਟੇ ਕੰਮ ਕਰਨ ਲੱਗ ਪਏ। ਵਿਸ਼ੇ ਭੋਗ ਮੈਂ ਬਹੁ ਗਲ ਤਾਨੇ, ਵਿਸ਼ੇ ਵਕਾਰ ਭੋਗਣ ਲੱਗ ਪਏ, ਹੋਰ ਕਈ ਤਰ੍ਹਾਂ ਦੀਆਂ ਅਲਾਮਤਾਂ ਲੱਗ ਗਈਆਂ ਰਾਜੇ ਲੋਕਾਂ ਨੂੰ। ਪ੍ਰਜਾ ਕਸ਼ਟ ਕੋ ਸੁਣੇ ਨਾ ਜਾਣੇ, ਪ੍ਰਜਾ ਦੁਖੀ ਹੁੰਦੀ ਹੈ, ਉਹ ਆਪਣਾ ਦੁੱਖ ਦੱਸਦੇ ਨੇ, ਉਹ ਅੱਗੋਂ ਕੰਨਾਂ ਦੇ ਵਿੱਚ ਸੁਣਦੇ ਨਹੀਂ, ਉਹਨਾਂ ਦੇ ਕੰਨਾਂ ਦੇ ਜੂੰ ਨਹੀਂ ਸਰਕਦੀ, ਇਹੋ ਜਿਹੜੇ ਰਾਜੇ ਹਨ। ਜਿਉਂ ਕਿਉਂ ਕਰ ਲੇ ਧਨ ਕੋ ਸ਼ੀਨ, ਜਿਵੇਂ ਕਿਵੇਂ ਕਰਕੇ ਆਪਣੀ ਪ੍ਰਜਾ ਕੋਲੋਂ ਧਨ ਖੋਹ ਹੀ ਲੈਂਦੇ ਆ, ਵੀ ਰਾਜਾ ਤੇ ਮੈਂ ਹੈ, ਵੀ ਰਾਜ ਭਾਗ ਤੇ ਮੇਰਾ ਹੈ, ਦਿੱਲੀ ਤਖ਼ਤ ਤੇ ਤਾਂ ਮੈਂ ਬੈਠਾ, ਲੋਕਾਂ ਕੋਲ ਪੈਸਾ ਕਿਵੇਂ ਰਹੇ। ਜਿਹੜੇ ਇਹੋ ਜਿਹੇ ਕੁਕਰਮ ਕਰਦੇ ਨੇ ਨਾ ਮਹਾਰਾਜ, ਕਹਿੰਦੇ ਰਾਜੇ ਵੀ ਲੋਕਾਂ ਕੋਲ ਜਿਵੇਂ ਕਿਵੇਂ ਕਰਕੇ, ਜਿਵੇਂ ਕਿਵੇਂ ਦੇ ਵਿੱਚ ਹੁੰਦਾ ਵੀ ਭਾਵੇਂ ਸਿੱਧਾ ਖੋਹ ਲਏ ਅਤੇ ਭਾਵੇਂ ਢੰਗ ਤਰੀਕੇ ਨਾਲ ਖੋਹ ਲਵੇ, ਕਈ ਤਰ੍ਹਾਂ ਦੇ ਬਹਾਨੇ ਬਣਾ ਬਣਾ ਕੇ ਖੋਹ ਲਵੇ, ਕਈ ਤਰ੍ਹਾਂ ਦੇ ਟੈਕਸ ਲਾ ਕੇ, ਜਿਵੇਂ ਟੈਕਸ ਲੱਗੇ ਨੇ, ਸੈਸ ਲੱਗੇ ਨੇ। ਇੱਕ ਰੁਪਈਏ ਦੀ ਚੀਜ਼ ਤੁਸੀਂ ਬਾਜ਼ਾਰ ਦੇ ਵਿੱਚੋਂ ਖਰੀਦਦੇ ਹੋ, 10 ਪੈਸੇ ਤਾਂ ਹਰ ਇੱਕ ਰੁਪਈਏ ਪਿੱਛੇ ਉਹ ਰਾਜੇ ਨੂੰ ਜਾਂਦੇ ਹੀ ਹੈ। ਕੋਈ ਵੀ ਚੀਜ਼ ਖਰੀਦਦੇ ਹੈ ਨਾ, ਜਿੱਦਾਂ ਕਈ ਆਮ ਹੀ ਕਹਿ ਦਿੰਦੇ ਨੇ ਵੀ ਸਾਰੇ ਲੋਕ ਵੀ ਟੈਕਸ ਨਹੀਂ ਦਿੰਦੇ, ਤਾਂ ਕਰਕੇ ਟੈਕਸ ਸਰਕਾਰ ਨੂੰ ਲੈਣਾ ਪੈਂਦਾ ਹੈ। ਪਰ ਹਰ ਇੱਕ ਖਾਣ ਵਾਲੀ ਚੀਜ਼ ਦੇ ਵਿੱਚ ਸਰਕਾਰ ਦਾ ਹਿੱਸਾ ਹੁੰਦਾ ਹੈ, 1 ਰੁਪਈਏ ਦੀ ਚੀਜ਼ ਵੀ ਦੇ ਉਹਦੇ ਵਿੱਚ ਵੀ ਸਰਕਾਰ ਦਾ ਹਿੱਸਾ ਹੈ। ਨਿੱਕੀ ਤੋਂ ਨਿੱਕੀ ਰੁਪਏ ਦੀ ਢੇਲੀ ਦੀ ਚੀਜ਼ ਤੋਂ ਲੈ ਕੇ ਕਰੋੜਾਂ ਤੀਕਰ ਜੋ ਵੀ ਕੋਈ ਖਰਚਾ ਕਰੇ ਉਹਦੇ ਵਿੱਚ ਸਰਕਾਰ ਨੇ ਆਪਣਾ ਬਹੁਤਾ ਹਿੱਸਾ ਰੱਖਿਆ। ਕਹਿੰਦੇ ਪ੍ਰਜਾ ਜਿਹੜੀ ਹੈ ਨਾ, ਇਹ ਤਾਂ ਵਿਚਾਰੀ ਦੁਖੀ ਹੈ, ਇਹ ਪੁਕਾਰਾਂ ਕਰਦੀ ਹੈ ਵੀ ਸਾਡਾ ਦੁੱਖ ਦੂਰ ਕਰੋ। ਉਹ ਐਸੇ ਅੰਨੇ ਹੋਏ ਨੇ ਰਾਜ ਭਾਗ ਦੇ ਵਿੱਚ, ਪ੍ਰਜਾ ਦਾ ਦੁੱਖ ਨਹੀਂ ਸੁਣਦੇ, ਸਗੋਂ ਜਿਵੇਂ ਕਿਵੇਂ ਕਰਕੇ ਜੋ ਵੀ ਧਨ ਹੋਵੇ ਉਹ ਵੀ ਖੋਹ ਲੈਂਦੇ, ਜਿਵੇਂ ਕਰੂ ਬਾਦਸ਼ਾਹ ਨੇ ਕੀਤਾ ਸੀ, ਸਭ ਲੋਕਾਂ ਦੇ ਪੈਸੇ ਖੋਲੇ ਨੇ। ਕਿਹਾ ਵੀ ਹੁਣ ਕਿਵੇਂ ਪਤਾ ਲੱਗੇ ਵੀ ਕਿਸੇ ਕੋਲ ਪੈਸਾ ਹੋਰ ਹੈ, ਉਹਨੇ ਕਿਹਾ ਸੀ ਆਪਣੀ ਬੱਚੀ ਦਾ ਰਿਸ਼ਤਾ ਕਰੂੰ, ਜਿਹੜਾ 1 ਰੁਪਈਆ ਲੈ ਕੇ ਆਵੇ ਚਾਂਦੀ ਦਾ, ਉਦੋਂ ਰਜਤਪਣ ਕਹਿੰਦੇ ਸੀ। ਉਹ ਇੱਕ ਬੱਚੇ ਨੇ ਮਾਂ ਕੋ ਖਹਿੜਾ ਕੀਤਾ ਵੀ ਮੈਂ ਰਾਜੇ ਦੀ ਬੱਚੀ ਨਾਲ ਵਿਆਹ ਕਰਾਉਣਾ, ਬਹੁਤਾ ਜਦੋਂ ਉਹਨੇ ਹਰ ਪੌਰਾ ਮਚਾਇਆ ਵੀ ਮਰ ਜੂ ਨਹੀਂ ਤਾਂ, ਉਹ ਕਹਿੰਦੀ ਪੈਸਾ ਹੈ ਤਾਂ ਕੋਈ ਨਹੀਂ, ਰਾਜੇ ਨੇ ਸਭ ਖਾ ਲਿਆ, ਪਰ ਜਿੱਦਣ ਤੇਰਾ ਪਿਓ ਮਰਿਆ ਸੀ ਆਪਣੇ ਇੱਥੇ ਨਿਜਮ ਹੈ, ਉਹਦੇ ਮੂੰਹ ਦੇ ਵਿੱਚ 1 ਰਜਤਪਣ ਚਾਂਦੀ ਦਾ ਪਾਇਆ ਸੀ। ਕਹਿੰਦੇ ਵੀ ਉੱਥੋਂ ਪੱਟ ਕੇ ਲਾਇਆ, ਉਹ ਲੈ ਕੇ ਰਾਜੇ ਕੋਲ ਆ ਗਿਆ, ਪੈਸਾ ਉਹਦੇ ਕੋਲ ਲਏ, ਕਹਿੰਦਾ ਬੱਚੀ ਦਾ ਰਿਸ਼ਤਾ ਤਾਂ ਕਰ ਦੂੰ, ਪਰ ਇਹ ਦੱਸ ਵੀ ਇਹ ਲਿਆਂਦੇ ਕਿੱਥੋਂ ਹੈ। ਉਹ ਕਹਿੰਦਾ ਵੀ ਇੱਦਾਂ ਮੇਰੇ ਬਾਪ ਦੀ ਜਿਹੜੀ ਮੜੀ ਹੈ ਨਾ ਕਬਰ, ਉਹਦੇ ਮੂੰਹ ਦੇ ਵਿੱਚ ਪੈਸੇ ਮਰਨ ਲੱਗੇ ਆ ਪਾਏ ਸਨ, ਇੱਥੇ ਲੋਕ ਪਾਉਂਦੇ ਆ। ਬਸ ਫਿਰ ਕੀ ਉਹਨੂੰ ਉਹ ਪਤਾ ਲੱਗ ਗਿਆ, ਉਹਨੇ ਸ਼ਹਿਰ ਦੇ ਆਪਣੇ ਦੇਸ਼ ਦੇ ਸਾਰੇ ਕਬਰਸਤਾਨ ਹੀ ਪੁਟਾ ਦੇ, ਕਹਿੰਦਾ ਪੈਸੇ ਸਾਰੇ ਹੀ ਕੱਢ ਲਓ ਮੁਰਦਿਆਂ ਦੇ ਮੂੰਹ ਦੇ ਵਿੱਚ। ਉਹਨਾਂ ਲੋਕਾਂ ਦਾ ਕੋਈ ਨਿਯਮ ਸੀ ਪੈਸੇ ਪਾਉਣ ਦਾ, ਉਹਨੇ ਉਹ ਵੀ ਕਢਾ ਛੱਡੇ, ਮਰਿਆਂ ਦੇ ਮੂੰਹ 'ਚੋਂ ਰੁਪਈਆ ਕਢਾ ਲਿਆ ਕਰੂ ਬਾਦਸ਼ਾਹ ਨੇ। ਇਹੋ ਜਿਹੇ ਬਾਦਸ਼ਾਹ ਬੈਠੇ ਨੇ ਦਿੱਲੀ 'ਤੇ ਇਸ ਵੇਲੇ ਵੀ ਮਰਿਆਂ ਦਾ ਇਹਨਾਂ ਦਾ ਵਾਹ ਚੱਲੇ ਤਾਂ ਮਰੇ ਲੋਕਾਂ ਨੂੰ ਵੀ ਇਹ ਵੇਚ ਕੇ ਖਾ ਜਾਣ, ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ। ਕਿਉਂਕਿ ਆ ਜਿਹੜੇ ਦਿਨ ਚੱਲ ਰਹੇ ਨੇ ਨਾ, ਜਿਵੇਂ ਸਾਡੇ ਵੱਡਿਆਂ ਵਡੇਰਿਆਂ ਨੇ ਠੰਡੀਆਂ ਰਾਤਾਂ ਦੇ ਦੁੱਖ ਚੱਲੇ, ਉਹ ਇਤਿਹਾਸ ਦੁਹਰਾਇਆ ਜਾ ਰਿਹਾ, ਦਿੱਲੀ 'ਚ ਵੀ ਵਿਚਾਰੇ ਦੁੱਖ ਚੱਲ ਰਹੇ ਹੈ। ਸਤ ਸੰਗਤ ਗੰਭੀਰਤਾ ਦੀ ਗੱਲ ਹੈ, 25 ਦੇ ਕਰੀਬ ਸ਼ਹੀਦ ਹੋ ਗਏ ਨੇ ਉਸ ਮੋਰਚੇ ਦੇ ਵਿੱਚ, 25 ਦੇ ਕਰੀਬ। ਕੋਈ ਠੰਡ ਨਹੀਂ ਝੱਲ ਸਕਿਆ, ਕਿਸੇ ਦਾ ਰਾਹ ਦੇ ਵਿੱਚ ਆਉਂਦਿਆਂ ਜਾਂਦਿਆਂ ਕੋਈ ਚੱਕਰ ਬਣ ਗਿਆ। ਮਹਾਰਾਜ ਕਿਰਪਾ ਕਰਨ, ਉਹਨਾਂ ਪਰਿਵਾਰਾਂ 'ਤੇ ਵੀ ਮਿਹਰ ਭਰਿਆ ਹੱਥ ਰੱਖਣ, ਜਿਨ੍ਹਾਂ ਦੇ ਆਪਣੇ ਕੋਈ ਚਲੇ ਗਏ ਨੇ। ਇਹ ਇਹ ਸਰਕਾਰਾਂ, ਇਹ ਰਾਜੇ ਲੋਕ, ਮਹਾਰਾਜ ਕਹਿੰਦੇ ਪ੍ਰਜਾ ਦੀ ਸੁੱਖ ਵਾਸਤੇ ਨੇ,
ਪਰ ਉਹ ਪਾਪੀ ਬੰਦਾ ਹੈ ਜਿਹੜਾ ਰਾਜ ਤੇ ਬਹਿ ਕੇ ਜਿਵੇਂ ਕਿਵੇਂ ਪ੍ਰਜਾ ਦੇ ਕੋਲੋਂ ਧਨ ਖੋਣ ਦਾ ਯਤਨ ਕਰਦਾ ਏ। ਦਇਆ ਨਾ ਠਾਨੇ ਦੇਖੇ ਦੀਨ। ਫਿਰ ਮਹਾਰਾਜ ਕਹਿੰਦੇ ਦੀਨ ਵੇਖ ਕਰਕੇ ਵੀ ਨਾ ਵੀ ਇਹ ਤਾਂ ਵਿਚਾਰੇ ਮੇਰੇ ਤਰਲੇ ਕੱਢ ਰਹੇ ਆ, ਹੱਥ ਜੋੜ ਰਹੇ ਆ ਵੀ ਦਇਆ ਕਰਦੇ ਆ, ਪਰ ਕਹਿੰਦੇ ਕੁਕਰਮੀ ਰਾਜੇ ਦਇਆ ਨਹੀਂ ਕਰਦੇ, ਦੀਨ ਹੋਇਆ ਨੂੰ ਵੇਖ ਕੇ ਹੋਰ ਦੁਖੀ ਕਰਦੇ ਹਨ। ਹਿਮ ਤਿੰਨ ਪਰ ਅਨੁਮਾਨ ਕਰੀਜੈ। ਤੇ ਨਾਵੇਂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਇਹੋ ਜਿਹੇ ਰਾਜੇ ਨੇ ਨਾ, ਇਹ ਤਿੰਨ ਪਰ ਅਨੁਮਾਨ ਕਰੀਜੈ, ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਦਾ ਅਨੁਮਾਨ ਅੰਦਾਜ਼ਾ ਲਾ ਲਓ ਵੀ ਜਿਹੜੇ ਪਾਪ ਕਰਦੇ ਨੇ ਰਾਜ ਭਾਗ ਦੇ ਤਖ਼ਤ ਤੇ ਬੈਠ ਕੇ। ਦਿਨ ਪ੍ਰਤ ਰਾਜ ਤੇਜ ਇਨ ਸ਼ੀਜੈ। ਉਹਨਾਂ ਦਾ ਇਸ ਤਰ੍ਹਾਂ ਕਰਨ ਨਾਲ ਜਿਉਂ ਜਿਉਂ ਦਿਨ ਲੰਘਦੇ ਆ ਤੇਵੇਂ ਤੇਵੇਂ ਉਹਨਾਂ ਦਾ ਰਾਜ ਤੇਜ ਨਾਸ ਹੁੰਦਾ ਜਾਂਦਾ ਏ, ਸਹਿਜੇ ਸਹਿਜੇ ਉਹਨਾਂ ਦਾ ਪ੍ਰਤਾਪ ਘਟਦਾ ਜਾਂਦਾ ਤੇ ਅਖੀਰ ਮਹਾਰਾਜ ਕਹਿੰਦੇ ਫਿਰ ਰਾਜ ਭਾਗ ਖੁਸ਼ ਜਾਂਦਾ ਏ। ਪ੍ਰਥਮ ਤੁਰਕ ਛਿਤ ਪਤ ਜੇ ਭਾਏ। ਇਸੇ ਤਰ੍ਹਾਂ ਹੁਣ ਜਿਹੜੇ ਇਹ ਤੁਸੀਂ ਪੁੱਛਿਆ ਹੈ ਨਾ ਵੀ ਤੁਰਕਾਂ ਦਾ ਮਹਾਰਾਜ ਬਹੁਤਾ ਹੀ ਰਾਜ ਹੈ, ਇਹ ਨਾਸ਼ ਹੋ ਜੂਗਾ, ਕਿਉਂਕਿ ਜਿਹੜੇ ਪਹਿਲਾਂ ਜਿਹੜੇ ਤੁਰਕ ਬਾਦਸ਼ਾਹ ਸਨ ਨਾ, ਠੀਕ ਹੈ ਵੀ ਰਾਜ ਉਹਨਾਂ ਦਾ ਦੁਨੀਆਂ ਵਿੱਚ ਹੋਇਆ, ਸਭ ਨਰ ਨਾਉ ਸਭ ਨਰ ਨਾਰ ਨਿਆਉ ਕੋ ਕੀਏ, ਸਭ ਨਰ ਨਾਰ ਨਿਆਉ ਕੋ ਕੀਏ, ਅਤੇ ਸਭ ਲੋਕਾਂ ਦੇ ਨਾਲ ਭਾਵੇਂ ਕੋਈ ਇਸਤਰੀ ਸੀ ਭਾਵੇਂ ਪੁਰਖ ਸੀ ਨਿਆਂ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਪਹਿਲੇ ਮੁਸਲਮਾਨ ਵੀ ਰਾਜਾ ਬਾਦਸ਼ਾਹ ਹੋਏ ਨੇ ਬੜੇ ਨਿਆਂਕਾਰੀ ਸਨ। ਹਿੰਦੂ ਮੁਸਲਮਾਨ ਸਮੁਦਾਇ ਆਏ, ਹਿੰਦੂ ਵੀ ਮੁਸਲਮਾਨ ਵੀ ਸਾਰੇ ਇਕੱਠੇ ਹੀ ਰਲ ਮਿਲ ਕੇ ਰਹੀ ਜਾਂਦੇ ਸਨ ਆਪੋ ਆਪਣੇ ਧਰਮ ਵਿੱਚ। ਸਭ ਇਮਾਨ ਪਰ ਰਾਖ ਟਿਕਾਏ, ਸਾਰੇ ਆਪੋ ਆਪਣੇ ਇਮਾਨ ਤੇ ਪੱਕੇ ਰਹਿੰਦੇ ਸਨ, ਕੋਈ ਕਿਸੇ ਨੂੰ ਤੰਗ ਨਹੀਂ ਸੀ ਕਰਦਾ। ਆਪਣੋ ਰੰਗ ਬੜ ਕੁਮਤ ਉਠਾਏ, ਪਰ ਹੁਣ ਔਰੰਗਜ਼ੇਬ ਜਿਹੜਾ ਬੜੀ ਭੈੜੀ ਮਤ ਬੜੀ ਖੋਟੀ ਮਤ ਕਰਕੇ ਮੰਦੇ ਕੰਮ ਕਰ ਰਿਹਾ ਹੈ। ਹਿੰਦੂ ਧਰਮ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਇਹ ਹਿੰਦੂਆਂ ਦੇ ਧਰਮ ਨੂੰ ਤਾਂ ਨਾਸ ਹੀ ਕਰਨਾ ਚਾਹੁੰਦਾ ਹੈ, ਜਬਰੀ ਕਰੇ ਜ਼ੁਲਮ ਮਦ ਮਾਨੀ, ਜ਼ਬਰਦਸਤੀ ਕਰਦਾ ਹੈ, ਜ਼ੁਲਮ ਕਰਦਾ, ਹੰਕਾਰੇ ਹੈ ਵੀ ਰਾਜ ਤੇ ਮੈਂ ਬੈਠਾ ਵੀ ਮੇਰਾ ਕੀ ਵਿਗਾੜ ਲੂਗਾ ਕੋਈ। ਪੀੜਤ ਪ੍ਰਜਾ ਤ੍ਰਾਸ ਕੋ ਠਾਨੀ, ਆ ਪ੍ਰਜਾ ਸਾਰੀ ਜਿਹੜੀ ਹੈ ਉਹ ਡਰਦੀ ਹੈ, ਪੀੜਤ ਹੈ, ਭਾਵ ਕੇ ਦੁਖੀ ਹੈ ਇਸ ਰਾਜੇ ਦੇ ਰਾਜ ਤੋਂ। ਜਾਂ ਤੇ ਜਾਣਿਓ ਜਾਏ ਵਿਦਤ ਹੀ, ਇਸ ਕਰਕੇ ਮਹਾਰਾਜ ਕਹਿੰਦੇ ਹੇ ਗੁਰਸਿੱਖੋ ਇਹ ਪ੍ਰਗਟ ਹੀ ਗੱਲ ਜਾਣੀ ਜਾਂਦੀ ਹੈ, ਤੁਸੀਂ ਸਮਝ ਲੈਣਾ ਕਰੋ। ਰਾਜ ਤੇਜ ਅਬ ਰਹਿ ਨਾ ਕਿਤ ਹੀ, ਇਹਨਾਂ ਤੁਰਕਾਂ ਦਾ ਰਾਜ ਤੇਜ ਕਿਤੇ ਵੀ ਰਹੇਗਾ ਹੀ ਨਹੀਂ, ਇਹ ਸਾਰਾ ਹੀ ਅਸੀਂ ਹੁਣ ਨਾਸ਼ ਕਰ ਦਿਆਂਗੇ। ਸਨੇ ਸਨੇ ਸਗਰੋ ਬਿਨ ਸਹੀਜੇ ਸਹੀਜੇ ਸਾਰਾ ਹੀ ਰਾਜ ਭਾਗ ਇਹਨਾਂ ਤੁਰਕਾਂ ਦਾ ਨਾਸ ਹੋ ਜਾਵੇਗਾ। ਕਿਰੈ ਨਾ ਅਸਕੋ ਧੁੰਦ ਬਵਾਵੇ, ਇਹਨਾਂ ਦਾ ਨਗਾਰਾ ਵਜਾਉਣ ਵਾਲਾ ਨਹੀਂ ਕੋਈ ਲੱਭੂਗਾ। ਰਾਜ ਦੀ ਤਾਂ ਗੱਲ ਮਹਾਰਾਜ ਕਹਿੰਦੇ ਬੜੀ ਦੂਰ ਦੀ ਹੈ। ਇਮ ਕਹਿ ਤੂਸ਼ਨ ਭਏ ਗੁਸਾਂ, ਇਸ ਤਰ੍ਹਾਂ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੁੱਪ ਹੋ ਗਏ ਤੇ ਸਾਧ ਸੰਗਤ ਔਰੰਗਜ਼ੇਬ ਕੋ ਜਦੋਂ ਗਏ ਸੀ ਨਾ, ਉਹਨੇ ਕਿਹਾ ਸੀ ਵੀ ਤੁਸੀਂ ਹਿੰਦੂਆਂ ਦੀ ਮਦਦ ਆਏ, ਅਤੇ ਮਹਾਰਾਜ ਕਹਿੰਦੇ ਅਸੀਂ ਹਿੰਦੂਆਂ ਦੀ ਮਦਦ ਨਹੀਂ ਆਏ, ਜੇ ਇਹੀ ਪੁਕਾਰ ਕਰਨ ਵਾਲੇ ਸਾਡੇ ਦਰ 'ਤੇ ਆਉਣ ਵਾਲੇ ਮੁਸਲਮਾਨ ਹੁੰਦੇ ਤਾਂ ਇਹਨਾਂ ਨੂੰ ਤੰਗ ਕਰਨ ਵਾਲਾ ਹਿੰਦੂ ਰਾਜਾ ਹੁੰਦਾ, ਅਸੀਂ ਫਿਰ ਵੀ ਇੱਥੇ ਹੀ ਆਉਣਾ ਸੀ, ਸਾਡਾ ਮਤਬਲ ਕਿਸੇ ਧਰਮ ਨਾਲ ਨਹੀਂ, ਸਾਡਾ ਮਤਬਲ ਤਾਂ ਇਹ ਜਿਹੜੇ ਲੋਕ ਦੁਖੀ ਨੇ ਉਹਨਾਂ ਦੀ ਬਾਂਹ ਫੜਨੀ ਹੈ। ਅਤੇ ਜੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਰਕਾਂ ਦਾ ਰਾਜ ਨਾਸ਼ ਕਰ ਸਕਦੇ, ਇਤਿਹਾਸ ਹੈ ਨਾ ਹੋਇਆ ਹੈ ਨਾ, ਹੈਗਾ ਕੋਈ ਉਹਨਾਂ ਦਾ ਨਗਾਰਾ ਵਜਾਉਣ ਵਾਲਾ, ਜੜ੍ਹਾਂ ਪੁੱਟਦੀਆਂ ਮਹਾਰਾਜ ਨੇ ਇਸ ਦੇਸ਼ 'ਚੋਂ, ਅਤੇ ਹੁਣ ਵਾਲਿਆਂ ਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਕਰ ਦੇਣਗੇ। ਜੇ ਕੋਈ ਜ਼ੁਲਮ ਕਰੇਗਾ ਉਹਦਾ ਰਾਜ ਦਾ ਡੰਕਾ ਬਹੁਤਾ ਚਿਰ ਨਹੀਂ ਵੱਜਦਾ, ਇਹ ਇਤਿਹਾਸ ਵੀ ਕਹਿੰਦਾ ਏ, ਇਹ ਗੁਰਬਾਣੀ ਵੀ ਕਹਿੰਦੀ ਹੈ, ਇਹ ਸਦੀਆਂ ਯੁੱਗਾਂ ਦੀ ਪਰੰਪਰਾ ਰਹੀ ਹੈ। ਹਰਨਾਕਸ਼ ਦੀ ਗੱਲ ਕਰ ਲਵੋ, ਰਾਵਣ ਦੀ ਗੱਲ ਕਰ ਲਵੋ, ਜਿਹੜਾ ਜਿਹੜਾ ਵੀ ਹੋਇਆ ਹੈ ਨਾ, ਹੁਣ ਮੋਦੀ ਦੀ ਗੱਲ ਕਰ ਲਓ, ਜੇ ਉਹਨਾਂ ਦੇ ਨਾਂ ਲੈਂਦੇ ਅਸੀਂ ਇਹਨਾਂ ਦਾ ਕਿਹੜਾ ਡਰ ਹੈ, ਜੇ ਔਰੰਗਜ਼ੇਬ ਦੀ ਗੱਲ ਕਰ ਲਓ, ਜਿਹੜਾ ਵੀ ਜ਼ੁਲਮ ਕਰੇਗਾ ਨਾ ਉਹਦਾ ਰਾਜ ਭਾਗ ਮਹਾਰਾਜ ਨਾਸ਼ ਕਰਨਗੇ ਹੀ ਕਰਨਗੇ। ਇਹ ਸਦਾ ਪਰਮੇਸ਼ਰ ਦੀ ਮਰਿਆਦਾ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ, ਰੱਬ ਨੂੰ ਇੱਕੋ ਹੀ ਗੱਲ ਨਹੀਂ ਚੰਗੀ ਲੱਗਦੀ, ਉਹ ਹੰਕਾਰ, ਉਹ ਕਰਨ ਵਾਲਾ ਕੋਈ ਵੀ ਹੋਵੇ ਉਹਨੂੰ ਮਲੀਆ ਮੇਟ ਕਰਦਾ ਰਿਹਾ ਹੈ ਪਰਮੇਸ਼ਰ, ਪਿਛਲੀਆਂ ਗੱਲਾਂ ਵੇਖ ਕੇ ਭਰੋਸਾ ਕਰਨਾ ਹੀ ਪਊਗਾ। ਅਤੇ ਇਹਨਾਂ ਦੀਆਂ ਵੀ ਜੜ੍ਹਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਟਣੀਆਂ, ਕਿਉਂਕਿ ਉਹਦੇ ਮੰਨਣ ਵਾਲੇ ਹੀ ਗਏ ਨੇ ਨਾ ਉੱਥੇ, ਉਹਦੇ ਸੇਵਕ ਹੀ ਉੱਥੇ ਗਏ ਹਨ। ਸਤਿ ਸ਼੍ਰੀ ਅਕਾਲ।
ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਇਹ ਤੁਸੀਂ ਰਾਜ ਦੀ ਗੱਲ ਕਰਦੇ ਇਹਨਾਂ ਦੇ ਤੇ ਨਗਾਰੇ ਵਜਾਉਣ ਵਾਲੇ ਵੀ ਕੋਈ ਲੱਭਣਗੇ ਨਹੀਂ, ਏਦਾਂ ਕਹਿ ਕੇ ਮਹਾਰਾਜ ਚੁੱਪ ਹੋ ਗਏ। ਸੁੱਖ ਦੇ ਸਹਿਰ ਸੌਂ ਕੇ ਮਹਾਰਾਜ ਨੇ ਰਾਤ ਬਤੀਤ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ। ਭਾਈ ਪ੍ਰਾਤ ਕਰ ਕੂਚ ਪਿਆ, ਅੰਮ੍ਰਿਤ ਵੇਲਾ ਹੋਇਆ ਤਾਂ ਅੱਗੇ ਨੂੰ ਪਿਆ ਨਾ ਕਰਤਾ ਇਸ ਖਰਕ ਨਗਰ ਤੋਂ। ਪਹੁੰਚੇ ਖਟਗੜ ਗ੍ਰਾਮ ਸਥਾਨੇ, ਖਟਗੜ ਨਗਰ ਆਇਆ ਗੁਰੂ ਤੇਗ ਬਹਾਦਰ ਸਾਹਿਬ, ਉੱਥੇ ਪਹੁੰਚ ਗਏ। ਪੰਜੋ ਸਿੱਖ ਸੰਗ ਮਹਿਲੀਨੇ, ਪੰਜੇ ਸਿੱਖ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਸ੍ਰੀ ਗੁਰਦਿੱਤਾ ਜੀ, ਭਾਈ ਸਾਹਿਬ ਚੰਦ ਜੀ, ਉਧਰ ਰਠੋਰੇ ਵੀ ਨਾਲ ਹੀ ਲੈ ਲਏ। ਅਪਰ ਨਾ ਮਿਲਹੇ ਬਰਜ ਕਰ ਦੀਨੇ, ਹੋਰ ਕੋਈ ਜੇ ਆਉਂਦਾ ਵੀ ਇਹਨਾਂ ਨੂੰ ਰਾਹ ਜੋ ਮੋੜ ਦਿੰਦੇ ਆ ਵੀ ਸਾਡੇ ਨਾਲ ਨਾ ਕੋਈ ਆਵੇ, ਮੁੜ ਕੇ ਤੰਗੀ ਝਾਕੋਗੇ। ਹਿੰਦੂ ਧਰਮ ਜਗਤ ਮਹਿ ਰਾਖਣ, ਉਸ ਵੇਲੇ ਹਿੰਦੂ ਧਰਮ ਹੀ ਖਤਰੇ ਚ ਸੀ ਨਾ, ਉਹਨਾਂ ਆ ਕੇ ਰੋਣਾ ਪਿੱਟਣਾ ਕੀਤਾ ਮਹਾਰਾਜ ਬਚਾ ਲਓ ਮਰ ਜਾਂਗੇ। ਗੁਰੂ ਤੇਗ ਬਹਾਦਰ ਸਾਹਿਬ ਹਿੰਦੂਆਂ ਦਾ ਧਰਮ ਰੱਖਣ ਵਾਸਤੇ ਸਤਿਗੁਰ ਕਰੈ ਹਿਰਦੈ ਅਭਲਾਖਾ, ਆਪਣੇ ਹਿਰਦੇ ਚ ਅਭਲਾਖਾ ਕਰ ਰਹੇ ਨੇ ਵੀ ਇਹਨਾਂ ਦਾ ਧਰਮ ਬਚਾ ਲਈਏ। ਇਵੇਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਆਗਰੇ ਨੂੰ ਕੂਚ ਕਰ ਰਹੇ ਹਨ, ਅਤੇ ਪਰ ਜਿਹੜਾ ਅੱਜ ਦਾ ਦਿਹਾੜਾ ਹੈ ਸਤਿਗੁਰੂ ਮਹਾਰਾਜ ਸਾਹਿਬ ਦੇ ਸੂਰਬੀਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਨਾਵੇਂ ਸਤਿਗੁਰਾਂ ਨੂੰ ਸ਼ਹੀਦੀ ਦਿੱਤਿਆਂ ਨੂੰ 30 ਵਰੇ ਵੀ ਨਹੀਂ ਲੰਘਣ ਦਿੱਤੇ ਉਹਨਾਂ ਨੇ ਸਾਧ ਸੰਗਤ, ਜਿਹੜੇ ਲੋਕ ਧਰਮ ਨਾਸ਼ ਕਰ ਰਹੇ ਸਨ, ਭਾਵ ਕਿ ਔਰੰਗਜ਼ੇਬ ਜਿਨ੍ਹਾਂ ਦੇ ਕੋਲ ਸਤਿਗੁਰੂ ਸਾਹਿਬ ਨੇ ਜਾ ਕੇ ਅਤੇ ਧਰਮ ਦੀ ਰਾਖੀ ਲਈ ਆਪਾਂ ਕੁਰਬਾਨ ਕੀਤਾ, ਅਤੇ ਜਿਨ੍ਹਾਂ ਵਾਸਤੇ ਆਪਾਂ ਕੁਰਬਾਨ ਕੀਤਾ, ਗੁਰੂ ਸਾਹਿਬ ਦੇ ਦਸਵੇਂ ਪਾਤਸ਼ਾਹ ਜਦੋਂ ਤਖ਼ਤ 'ਤੇ ਬਰਾਜੇ ਤਾਂ ਮਹਾਰਾਜ ਸਾਹਿਬ ਦੇ ਵਿਰੁੱਧ ਦੋਵੇਂ ਇਕੱਠੇ ਹੋ ਗਏ, ਜਿਨ੍ਹਾਂ ਦਾ ਧਰਮ ਬਚਾਇਆ ਅਤੇ ਜਿਨ੍ਹਾਂ ਤੋਂ ਬਚਾਇਆ, ਭਾਵ ਕਿ ਪਹਾੜੀ ਰਾਜੇ 22 ਧਾਰ ਦੀਆਂ ਰਿਆਸਤਾਂ ਇੱਕ ਅੱਧੇ ਰਾਜੇ ਨੂੰ ਛੱਡ ਕੇ ਸਾਰੇ ਹੀ ਹਿੰਦੂ ਰਾਜੇ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ਼ ਹੋ ਗਏ, ਅਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੇ ਗੱਲ 'ਚੋਂ ਗੁਲਾਮੀ ਲਾ ਰਹੇ ਸਨ। ਉਹਨਾਂ ਦੇ ਵੱਡੇ ਵਡੇਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰੋਂ ਕੱਢ ਕੇ ਲਿਆਂਦਾ ਸੀ, ਉਹਨਾਂ ਦਾ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਸੀ। ਪਰ ਉਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੀ ਅਨੰਦਪੁਰੀ ਨੂੰ ਘੇਰਾ ਪਾ ਕੇ ਬੈਠ ਗਏ। ਪਹਿਲਾਂ ਪਹਾੜੀਆਂ ਨੇ ਘੇਰਾ ਪਾਇਆ, ਫਿਰ ਔਰੰਗਜ਼ੇਬ ਨੂੰ ਵੀ ਸ਼ਾਮਿਲ ਕੀਤਾ ਨਾਲ, ਵੀ ਬਾਦਸ਼ਾਹ ਰਾਜ ਤੇਰਾ ਖਤਰੇ 'ਚ ਹੈ, ਅਸੀਂ ਤਾਂ ਤੇਰੇ ਸੇਵਕ ਬਣ ਕੇ ਨਾਲ ਰਹਿ ਰਹੇ ਹਾਂ। ਆਪਣੇ ਕੋਲੋਂ 1000 ਰੁਪਈਏ ਵਜ਼ੀਰ ਖਾਂ ਨੂੰ ਦੇ ਕੇ ਉੱਥੇ ਅਨੰਦਪੁਰ ਸਾਹਿਬ ਘੇਰਾ ਪਵਾਇਆ, ਔਰੰਗਜ਼ੇਬ ਦੇ ਵਜ਼ੀਰਾਂ ਨੂੰ ਪੈਸੇ ਦੇ ਕੇ ਫੌਜ ਮੰਗਾਈ ਅਤੇ ਅਨੰਦਪੁਰੀ ਨੂੰ ਘੇਰਾ ਪਿਆ ਰਿਹਾ। ਜੇਠ ਮਹੀਨੇ 'ਚ ਘੇਰਾ ਪਾਇਆ ਅਤੇ 8 ਮਹੀਨੇ ਦੇ ਕਰੀਬ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸੂਰਮਿਆਂ ਨੇ ਹਰ ਇੱਕ ਤੰਗੀ ਝੱਲ ਲਈ, ਇੱਥੋਂ ਤੀਕਰ ਵੀ ਰਸਤਾ ਮੁਗਲਾਂ ਨੇ ਅਤੇ ਪਹਾੜੀਆਂ ਨੇ ਬਾਹਰੋਂ ਲਿਆਉਣੀਆਂ ਬੰਦ ਕੀਤੀਆਂ ਨੇ, ਪਰ ਰਸਤਾ ਅੰਦਰ ਥੋੜ੍ਹੀ ਹੈ, ਲੰਗਰ ਚੱਲਦਾ ਏ। ਇੱਕ ਦਿਨ ਐਸੀ ਗੱਲ ਬਣੀ ਵੀ ਲੰਗਰ ਦੇ ਵਿੱਚ ਕੁਝ ਆ ਕੇ ਪਹਾੜੀਆਂ ਦੇ ਅਤੇ ਕੁਝ ਮੁਗਲਾਂ ਦੇ ਸਿਪਾਹੀ ਵੀ ਬੈਠ ਗਏ, ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣ ਗਏ, ਪਾਤਸ਼ਾਹ ਇਹ ਸਾਰਾ ਦਿਨ ਸਾਡੇ ਨਾਲ ਲੜਦੇ ਆ, ਕਿੰਨੇ ਚਿਰ ਦਾ ਘੇਰਾ ਪਾ ਕੇ ਬੈਠੇ ਦੁਆਲੇ ਸਾਡੇ, ਰਸਤ ਸਾਨੂੰ ਨਹੀਂ ਲੈਣ ਜਾਣ ਦਿੰਦੇ, ਜੇ ਜਾਈਏ ਤਾਂ ਅੱਗੋਂ ਮਾਰਦੇ ਆ, ਹੁਣ ਇਹ ਲੰਗਰ 'ਚ ਬੈਠੇ ਆ ਕੇ ਇਹਨਾਂ ਦਾ ਕੀ ਕਰੀਏ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਜਦੋਂ ਤੁਹਾਨੂੰ ਸ਼ਸਤਰ ਲੈ ਕੇ ਮਿਲਦੇ ਆ, ਤੁਸੀਂ ਵੀ ਇਹਨਾਂ ਨੂੰ ਅੱਗੋਂ ਸ਼ਸਤਰ ਲੈ ਕੇ ਮਿਲਿਆ ਕਰੋ, ਜੇ ਹੁਣ ਪੰਗਤ 'ਚ ਮਿਲੇ ਆ ਤਾਂ ਤੁਸੀਂ ਇਹਨਾਂ ਨੂੰ ਲੰਗਰ ਲੈ ਕੇ ਮਿਲੋ, ਭਾਵੇਂ ਰਸਤ ਦੀ ਥੋੜ੍ਹਾ ਅਨੰਦਪੁਰ ਦੇ ਵਿੱਚ, ਭਾਵੇਂ ਦੁਸ਼ਮਣ ਵੀ ਆ ਕੇ ਪੰਗਤ ਵਿੱਚ ਬਹਿ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲੰਗਰ ਛਕਾਉਣ ਤੋਂ ਨਹੀਂ ਮੋੜਨਾ ਇਹਨਾਂ ਨੂੰ, ਐਸੀ ਮਰਿਆਦਾ ਦਸਵੇਂ ਪਾਤਸ਼ਾਹ ਨੇ ਬੰਨੀ। ਇੱਥੇ ਰਸਤ ਮੁੱਕ ਗਈ, ਉਹ ਤੁਰਕ ਉਹ ਪਹਾੜੀਏ ਮਹਾਰਾਜ ਸਾਹਿਬ ਜੀ ਦੇ ਲੰਗਰਾਂ 'ਚੋਂ ਪ੍ਰਸ਼ਾਦਾ ਛਕਦੇ ਰਹੇ, ਉੱਥੋਂ ਹੀ ਖਾ ਕੇ ਅਤੇ ਉਹਨਾਂ ਦੇ ਹੀ ਉਹ ਆ ਕੇ ਲੜਦੇ ਝਗੜਦੇ ਰਹੇ। ਇਹੀ ਇਤਿਹਾਸ ਹੈ, ਹੁਣ ਵੇਖਦੇ ਹਾਂ ਨਾ ਤਸਵੀਰਾਂ, ਉਹੀ ਪੁਲਿਸ ਵਾਲੇ ਸਿੰਘਾਂ ਨੂੰ ਕੁੱਟਦੇ ਮਾਰਦੇ, ਉਹੀ ਉਹਨਾਂ ਕੋਲ ਮੁੜ ਕੇ ਹੱਥ ਡਾ ਕੇ ਲੰਗਰ ਮੰਗਦੇ ਆ, ਪਰ ਦਸਵੇਂ ਪਾਤਸ਼ਾਹ ਨਿਯਮ ਇਹ ਬਣਾਇਆ ਵੀ ਜਦੋਂ ਇਹ ਲੰਗਰ ਛਕਣ ਆਉਣ ਇਹਨਾਂ ਨੂੰ ਰੋਕਣਾ ਨਹੀਂ ਹੈ, ਭਾਵੇਂ ਦੁਸ਼ਮਣ ਵੀ ਆ। ਅਖੀਰ ਸਿੰਘ ਦੁਖੀ ਹੋ ਗਏ, ਰਸਤ ਵੀ ਮੁੱਕ ਗਈ, ਇੱਥੋਂ ਤੀਕਰ ਦਰਖਤਾਂ ਦੇ ਪੱਤੇ ਖਾ ਲਏ, ਉਹ ਛਿੱਲਾਂ ਲਾਹ ਲਾ ਕੇ ਖਾ ਲਈਆਂ, ਜਿਹੜੇ ਅੱਕ ਸਨ ਉਹਨਾਂ ਦੇ ਛੱਕ ਰਿੰਨ ਰਿੰਨ ਕੇ ਪੀ ਲਏ, ਪੁਰਾਣੇ ਸਿੰਘ ਇੱਦਾਂ ਪੀਂਦੇ ਹੁੰਦੇ ਸਨ, ਕੋਈ ਦੁੱਧ ਜਾਂ ਹੋਰ ਕੁਝ ਨਾ ਆਉਣਾ, ਅਤੇ ਉਹ ਕਿੱਕਰਾਂ ਦੇ ਜਾਂ ਪਿੱਪਲਾਂ ਦੇ ਸੱਕ ਲਾ ਕੇ ਪਾਣੀ 'ਚ ਰਿੰਨ ਕੇ ਉਹੀ ਪੀ ਜਾਣਾ, ਉਹ ਵੀ ਮੁੱਕ ਗਏ। ਹੁਣ ਸੱਕ ਵੀ ਨਹੀਂ ਦਰਖਤਾਂ ਦੇ ਰਹੇ ਅਨੰਦਪੁਰ ਸਾਹਿਬ, ਪੱਤੇ ਵੀ ਨਹੀਂ ਰਹੇ, ਇੱਥੋਂ ਤੀਕਰ ਕਈ ਘੋੜੇ ਭੁੱਖ ਨਾਲ ਮਰੇ, ਉਹ ਘੋੜਿਆਂ ਦਾ ਮਾਸ ਵੀ ਖਾਣਾ ਪਿਆ।
ਹੱਡਕ ਤੱਕ ਰਖਾ ਗਏ ਇੰਨੀ ਭੁੱਖ ਦੇ ਨਾਲ ਤੰਗ ਹੋਏ ਅਤੇ ਉੱਧਰੋਂ ਪਹਾੜੀਏ ਵੀ ਦੁਖੀ ਹੋ ਗਏ, ਉੱਧਰੋਂ ਔਰੰਗੇ ਦੀ ਫੌਜ ਵਾਲੇ ਦੁਖੀ ਹੋਏ, ਕਹਿੰਦੇ ਮਹਾਰਾਜ ਸਾਨੂੰ ਸਹੁੰ ਲੱਗੇ। ਹਿੰਦੂ ਕਹਿਣ ਲੱਗੇ ਸਾਡੀ ਮਾਂ ਹੈ ਗਾਂ, ਅਸੀਂ ਗਾਂ ਨੂੰ ਮਾਤਾ ਮੰਨਦੇ, ਸਾਨੂੰ ਗਊ ਮਾਤਾ ਦੀ ਸਹੁੰ। ਮੁਸਲਮਾਨ ਕਹਿੰਦੇ ਸਾਨੂੰ ਕੁਰਾਨ ਸ਼ਰੀਫ ਦੀ ਸਹੁੰ। ਇੱਕ ਮਹਾਰਾਜ ਅਨੰਦਪੁਰ ਸਾਹਿਬ ਤੋਂ ਚਲੇ ਜਾਓ ਅਤੇ ਫਿਰ ਭਾਵੇਂ ਵਾਪਸ ਆ ਜਾਓ, ਕਿਉਂਕਿ ਜੇ ਇੱਦਾਂ ਅਸੀਂ ਮੁੜ ਕੇ ਗਏ ਸਾਨੂੰ ਤਾਂ ਜੀਣ ਨਹੀਂ, ਕਹਿੰਦੇ ਕਿਸੇ ਨੇ ਦੇਣਾ ਘਰਾਂ 'ਚ, ਵੀ ਤੁਸੀਂ ਉਹੀ ਨਾ ਜਿੰਨਾ ਘੇਰਾ ਪਾਇਆ ਸੀ ਜਦੋਂ ਵਾਪਸ ਆਏ ਹੈ। ਮਹਾਰਾਜ ਸਾਹਿਬ ਨੂੰ ਸਿੰਘ ਵੀ ਕਹਿੰਦੇ ਪਾਤਸ਼ਾਹ ਜੀ ਚਲੇ ਜਾਈਏ ਇੱਕ ਵਾਰ, ਫਿਰ ਆ ਜਾਵਾਂਗੇ। ਸਾਹਿਬ ਕਹਿੰਦੇ ਇਹਨਾਂ 'ਤੇ ਤਬਾਰ ਕਰਦੇ ਹੋ, ਤਬਾਰ ਨਾ ਕਰਿਓ, ਸਹੁੰ ਖਾਣ ਵਾਲੇ ਤਾਂ ਕਦੀ ਵੀ ਨਹੀਂ ਕਰਨਾ। ਕਹਿੰਦੇ ਨਹੀਂ ਮਹਾਰਾਜ, ਕਰਕੇ ਵੇਖੀਏ। ਸਾਹਿਬ ਕਹਿੰਦੇ ਵੀ ਇਉਂ ਤੁਹਾਡੀ ਗੱਲ ਮੰਨ ਲਾਂਗੇ ਪਰ ਇੱਕ ਨਜ਼ਾਰਾ ਵਿਖਾਉਂਦੇ ਹਾਂ। ਸਾਹਿਬ ਇਉਂ ਕੀਤਾ ਵੀ ਜੋ ਵੀ ਉੱਥੇ ਕਿਲੇ ਦੇ ਵਿੱਚ ਟੁੱਟਾ ਭੱਜਾ ਸਮਾਨ ਪਿਆ ਸੀ, ਘੋੜਿਆਂ ਦੀ ਲਿੱਦ, ਮਰੇ ਪਸ਼ੂਆਂ ਦੇ ਹੱਡ, ਉਹ ਗੱਡਿਆਂ ਦੇ ਲਦਾਏ ਦੇ ਉੱਤੇ ਸੋਹਣੀਆਂ ਸੋਹਣੀਆਂ ਕੀਮਤੀ ਪੁਸ਼ਾਕਾਂ ਪਾ ਤੀਆਂ, ਰੇਸ਼ਮੀ ਦੁਸਾਲੇ ਪਾ ਤੇ, ਭੁਲੇਖਾ ਲੱਗੇ ਵੀ ਇਹ 'ਚ ਖਜ਼ਾਨਾ ਚੱਲਿਆ। ਇਹ ਖਬਰ ਵੀ ਪਿਲਾ ਤੀ ਵੀ ਪਹਿਲਾਂ ਸਾਡਾ ਖਜ਼ਾਨਾ ਜਾਊ, ਫਿਰ ਅਸੀਂ ਬਾਹਰ ਆਵਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਾਰਾ ਵਿਖਾਇਆ, ਐਵੇਂ ਹੀ ਹੋਇਆ। ਹਾਲਾਂ ਅਨੰਦਪੁਰ ਸਾਹਿਬ ਤੋਂ ਥੋੜ੍ਹਾ ਬਾਹਰ ਹੀ ਗੱਡੇ ਆਏ ਸਨ ਪਹਾੜੀਏ ਅਤੇ ਮੁਗਲ ਸੋਹਾਂ ਖਾਧੀਆਂ ਭੁੱਲ ਕੇ ਟੁੱਟ ਕੇ ਪੈ ਗਏ, ਆਪੋ ਆਪਣੇ ਤੰਬੂਆਂ 'ਚ ਲੈ ਗਏ। ਜਦੋਂ ਜਾ ਕੇ ਵੇਖਿਆ ਚਾਨਣ ਕਰਕੇ ਹਨੇਰੇ, ਉਹਨਾਂ ਦੇ ਹੱਥ ਘੋੜਿਆਂ ਦੀ ਲਿੱਦ ਨੂੰ, ਕਿਸੇ ਦੇ ਹੱਡਾਂ ਨੂੰ ਪਏ ਤਾਂ ਸ਼ਰਮਿੰਦੇ ਹੋਏ। ਮਹਾਰਾਜ ਕਹਿੰਦੇ ਇਹਨਾਂ ਦੇ ਤਬਾਰ ਕਰਦੇ ਜੇ, ਇਹ ਬੇਈਮਾਨ ਲੋਕ ਹੈ। ਫਿਰ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਭੇਜੀ, ਮਹਾਰਾਜ ਮੈਨੂੰ ਅਫਸੋਸ ਹੈ, ਇਹਨਾਂ ਮੇਰੇ ਸਾਥੀਆਂ ਨੇ ਮਾੜੀ ਕੀਤੀ ਹੈ। ਇੱਕ ਕੁਰਾਨ ਸ਼ਰੀਫ ਭੇਜੀ ਉਹਨੇ, ਉਹ 'ਤੇ ਆਪਣੇ ਦਸਤਖਤ ਕੀਤੇ ਵੀ ਸਾਡਾ ਕੁਰਾਨ ਸ਼ਰੀਫ ਤੋਂ ਪਰੇ ਸਾਡੇ ਲਈ ਕੁਝ ਨਹੀਂ ਹੈ। ਅਤੇ ਮਹਾਰਾਜ ਮੁਸਲਮਾਨ ਦਾ ਅਕੀਦਾ ਕੁਰਾਨ 'ਤੇ ਹੈ, ਅਤੇ ਇਸ ਪਵਿੱਤਰ ਕੁਰਾਨ ਦੀ ਸਾਨੂੰ ਕਸਮ ਹੈ ਵੀ ਤੁਸੀਂ ਅਨੰਦਪੁਰ ਸਾਹਿਬ ਤੋਂ ਚਲੇ ਜਾਓ, ਜਿੱਥੇ ਜਾਓਗੇ ਤੁਹਾਨੂੰ ਕੋਈ ਉਹ ਵੀ ਨਹੀਂ ਆਖੇਗਾ। ਅਤੇ ਫਿਰ ਇੱਧਰ ਹਿੰਦੂਆਂ ਨੇ ਫਿਰ ਗਊ ਮਾਤਾ ਬਣਾ ਕੇ ਲਿਆਂਦੀ ਥਾਲ 'ਚ ਪਾ ਕੇ, ਮਾਤਾ ਮੰਨਦੇ ਨੇ ਨਾ ਉਹਨਾਂ ਦੀ, ਉਹ ਕਹਿਣ ਲੱਗੇ ਸਾਡੀ ਮਾਂ ਹੈ ਮਹਾਰਾਜ, ਸਾਨੂੰ ਆਪਣੀ ਮਾਂ ਗਾਂ ਦੀ ਸਹੁੰ ਲੱਗੇ, ਜੇ ਅਸੀਂ ਤੁਹਾਨੂੰ ਕੁਝ ਕਹਾਂਗੇ ਇੱਕ ਵਾਰ ਅਨੰਦਪੁਰ ਛੱਡ ਦਿਓ। ਸਾਹਿਬ ਸਿੰਘਾਂ ਨੂੰ ਕਹਿੰਦੇ ਸੀ ਹੱਠ ਤਪ ਕਰ ਲਓ, ਤੁਹਾਡਾ ਰਾਜ ਸਦਾ ਰਹੇਗਾ। ਉਹ ਬਹੁਤੇ ਵਿਚਾਰੇ ਦੁਖੀ ਸਨ, ਉਹਨਾਂ ਦੇ ਥਾਂ 'ਤੇ ਵੇਖੋ ਕਦੇ 10 ਕੁ ਦਿਨ ਭੁੱਖਿਆ ਰਹਿਣਾ ਪਵੇ, ਉਹਨਾਂ ਦਾ ਬੜਾ ਲੰਮਾ ਸਮਾਂ ਭੁੱਖ ਚੱਲੀ ਹੈ। ਅਤੇ ਬੇਨਤੀ ਵੀ ਇਹੀ ਕੀਤੀ ਵੀ ਆਪਾਂ ਮਹਾਰਾਜ ਫਿਰ ਆ ਜਾਵਾਂਗੇ ਕਿਤੇ। ਮਾਤਾ ਗੁਜਰੀ ਜੀ ਨੇ ਵੀ ਕਿਹਾ ਮਹਾਰਾਜ ਸਿੱਖਾਂ ਦੀ ਗੱਲ ਮੰਨੀਏ, ਤਿਆਰੀ ਕੀਤੀ। ਸਾਹਿਬ ਕਹਿੰਦੇ ਅੱਛਾ, ਫਿਰ ਬਾਅਦ ਦੇ ਵਿੱਚ ਸਾਨੂੰ ਨਾ ਕਿਉਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਜਦੋਂ ਤਿਆਰੀ ਹੋਈ, ਆ ਜਿਹੜੀ ਰਾਤ ਲੰਘ ਕੇ ਗਈ ਹੈ 6 ਪੋਹ ਦੀ, ਇੱਕ ਅੱਜ ਦੀ ਰਾਤ ਜਿਹੜੀ ਲੰਘੀ ਹੈ, ਇੱਕ ਇੱਥੋਂ ਜਿਹੜੀ ਪਿਛਲੀ ਰਾਤ ਹੈ, 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਨੂੰ ਮਹਾਰਾਜ ਤਿਆਰੀ ਕੀਤੀ। ਤੁਰਨ ਤੋਂ ਪਹਿਲਾਂ ਮਹਾਰਾਜ ਪੈਦਲ ਅਨੰਦਪੁਰ ਸਾਹਿਬ 'ਚ ਫਿਰੇ, ਸਾਰੇ ਉਹ ਗਲੀਆਂ ਵੇਖੀਆਂ ਜਿਨ੍ਹਾਂ ਸਤਿਗੁਰੂ ਖੇਡਦੇ ਰਹੇ, ਸਤਿਗੁਰਾਂ ਦੇ ਲਾਲ ਖੇਡਦੇ ਰਹੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ। ਫਿਰ ਸੀਸਗੰਜ ਆ ਗਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਸਥਾਨ 'ਤੇ ਨਵੇਂ ਪਾਤਸ਼ਾਹ ਅਰਦਾਸ ਕੀਤੀ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਕੀਤੀ ਵੀ ਇਹ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇਰੀ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਅਸੀਂ ਚੱਲੇ ਹੁਣ ਸਦਾ ਵਾਸਤੇ, ਅਤੇ ਆਪਣੀ ਇਸ ਨਗਰੀ ਨੂੰ ਆਪ ਹੀ ਤੁਸੀਂ ਆਬਾਦ ਰੱਖਿਓ। ਮੱਥਾ ਟੇਕਿਆ, ਗੁਰੂ ਸਾਹਿਬ ਦੇ ਅਸਥਾਨ 'ਤੇ ਪਰਿਕਰਮਾ ਕੀਤੀ, ਚੜ੍ਹ ਕੇ ਘੋੜੇ 'ਤੇ ਚੱਲ ਪਏ। ਮਹਾਰਾਜ ਸਾਹਿਬ ਦਾ ਕਾਫਲਾ ਚੱਲਿਆ, ਸਭ ਤੋਂ ਅੱਗੇ ਮਾਈਆਂ ਬੀਬੀਆਂ, 500 ਤੋਂ ਵੱਧ ਘੋੜ ਸਵਾਰ, ਸ਼ਸਤਰਧਾਰੀ ਸੂਰਮੇ। ਅਤੇ ਤੁਰਨ ਤੋਂ ਪਹਿਲਾਂ ਖਜ਼ਾਨਾ ਸਾਰਾ ਮਹਾਰਾਜ ਨੇ ਜਿਹੜਾ ਸੀ ਨਾ, 17 ਲੱਖ ਤੋਂ ਵੱਧ ਨਕਦੀ ਸੀ ਉਦੋਂ ਮਹਾਰਾਜ ਕੋਲ, ਉਹ ਸਾਰੀ ਮਹਾਰਾਜ ਨੇ ਸਤਲੁਜ ਰੋੜਤੀ, ਕਿਉਂਕਿ ਸਤਿਗੁਰੂ ਨਹੀਂ ਸੀ ਚਾਹੁੰਦੇ ਵੀ ਜਿਹੜੀ ਸੰਗਤ ਦੀ ਮਾਇਆ ਹੈ ਨਾ, ਤੁਰਕਾਂ ਦੇ ਹੱਥ ਨਹੀਂ ਆਉਣਾ ਚਾਹੀਦਾ ਇੱਕ ਪੈਸਾ, ਇਹ ਸੰਗਤ ਦਾ ਦਸਵੰਧ ਹੈ, ਇਹ ਤੁਰਕ ਅਤੇ ਪਹਾੜੀਆਂ ਦੀ ਵਰਤੋਂ 'ਚ ਨਹੀਂ ਅਸੀਂ ਆਉਣ ਦੇਵਾਂਗੇ। ਬੜੇ ਕੀਮਤੀ ਧਾਤਾਂ ਦੇ ਬਰਤਨ ਧਰਤੀ 'ਚ ਟੋਆ ਪੁੱਟ ਕੇ ਦੱਬ ਦਿੱਤੇ ਡੂੰਘੇ, ਹੋਰ ਰੇਸ਼ਮੀ ਪੁਸ਼ਾਕਾਂ ਸਨ ਜਿਹੜੀਆਂ, ਲੋੜ ਤੋਂ ਵੱਧ ਜੋ ਕੁਝ ਵੀ ਸੀ ਉਹ ਬਹੁਤਾ ਸਮਾਨ ਦੱਬ ਦਿੱਤਾ, ਕੁਝ ਦਾ ਸੰਸਕਾਰ ਕਰਤਾ, ਕੁਝ ਸਤਲੁਜ ਦੇ ਵਿੱਚ ਰੋੜਤਾ। ਮਹਾਰਾਜ ਸਾਹਿਬ ਚੱਲ ਪਏ, ਚੱਲਦਿਆਂ ਕੀਰਤਪੁਰ ਹੀ ਲੰਘੇ ਸੀ। ਹਾਲਾਂ ਉਹਨਾਂ ਨੇ ਜਿਨ੍ਹਾਂ ਨੇ ਆਪਣੀ ਮਾਂ ਦੀਆਂ ਸਹੁੰਆਂ ਖਾਧੀਆਂ ਸੀ, ਜਿਨ੍ਹਾਂ ਨੇ ਕੁਰਾਨ ਦੀਆਂ ਸਹੁੰਆਂ ਖਾਧੀਆਂ ਸੀ, ਉਹ ਦੋਵੇਂ ਭੁੱਲ ਗਏ। ਮਾਰ ਲਓ ਵੀ ਜਾਣ ਨਾ ਬਚ ਕੇ ਗੁਰੂ ਨੂੰ ਮਾਰ ਕੇ ਖੜਨਾ ਏ, ਗੁਰੂ ਦੇ ਸਿੱਖ ਮਾਰ ਲਓ। ਮਹਾਰਾਜ ਸਾਹਿਬ ਰਾਤ ਦੇ ਸਮੇਂ ਜਾ ਰਹੇ, ਇੱਕ ਤਾਂ ਰਾਤ ਦਾ ਸਮਾਂ ਏ, ਉੱਤੋਂ ਮੀਂਹ ਪੈ ਰਿਹਾ, ਉਦੋਂ ਮੀਂਹ ਪੈਂਦਾ ਸੀ, ਵਰਖਾ ਹੋ ਰਹੀ ਸੀ, ਮੀਂਹ ਪੈ ਰਿਹਾ, ਕੱਪੜੇ ਭਿੱਜੇ ਹੋਏ ਹਨ, ਮਸ਼ਾਲਾਂ ਵੀ ਨਹੀਂ ਜਗਦੀਆਂ ਮੀਂਹ ਦੇ ਵਿੱਚ,
चानण कोई नहीं है, हनेरा है, बिजली लिशकदी है, वह थोड़ा जहा चानण वेख के रस्ता दिखता है। नरमोहगढ़ के लागे आए, मतावां दे सिंह फिर पछताए, पर कहते हुण पछताउण दा कोई फायदा नहीं, गुरु का वचन सच्चा निकलिया। उन्होंने अल्लाहु अकबर का नारा लाया, जिन्हें कुरान की सौं खाधी सी, तो जिन्होंने अपनी गऊ माँ की सौं खाधी सी, उन्होंने जय माता जां जय श्री राम के नारे ला के वह दोवें इकट्ठे हो गए हुण, जिन्हों का धर्म बचाया सी ते जिन्हों के कोलों बचाया सी, बचाउण वाला जिहड़ा हुण दुश्मन बन गया, वह आपस में इकट्ठे हो के गुरु कलगीधर महाराज के पुखण भाणे सिंघां दे टुट के पै गए। भाई उदय सिंह की ड्यूटी लाई नरमोहगढ़ के लागे, भी इन्हों रोक के रख, 50 सिंह नाल लै के महाराज का जोड़ा इनू मिलिया बख्शीश वजों, चोला मिलिया, तो दसवें पातशाह की बख्शीश ना भाई उदय सिंह जी 7 पोह की सवेर न 6 पोह लंघी रात, तो 7 पोह की सवेर न 5 खोह तीकर लड़द्या होया वैरियां दे नाल शहीद होए। इन्हां दी थां लै ली फिर आ करके बाबा जीवन सिंह साहब ते बाबा अजीत सिंह जी ने, करद्या करद्या लड़द्या लड़द्या सरसा दे परिवार विछोड़े वाले थां ते पहुँच गए। इत्थे अमृत वेला हो गया, 7 पोह की सवेर नूं महाराज ने कहा आसा दी वार दा कीर्तन सुणांगे। सिंह कहण लगे महाराज वैरी चढ़े आ रहा, कहिंदे कोई नहीं आ रहा आउण दिओ, पर नितनेम थोड़ा छड़ देना, हुण वैरी आ रहा। सिंह डट गए, फिर बाबा अजीत सिंह बाबा जीवन सिंह होर सूरमे डटे रहे। महाराज जदों कीर्तन समाप्ति हुई फिर सरसा पार करन लगे। इत्थों 3 हिस्सों च परिवार होया महाराज का, आपां जाणदे हां वी माता साहिब कौर सुंदर कौर, भाई मनी सिंह ते दिल्ली दे सिख जवाहर सिंह दे नाल ओह वखरे हो गए, छोटे साहबजादे माता जी वख हो गए, ते वड्डे साहबजादे ते जिहड़े कुछ 40 तों करीब वध सिंह बचे सन, सरसा दे आउण तीकर 500 तों किन्ने घट गए, कुछ शहीद हो गए, कुछ राह भुल गए। जदों सरसा पार की उदों 60-70 सिंह बचे, जदों उन्हों चमकौर पहुँचे उदों केवल 40 सिंह महाराज ना रह गए, क्योंकि रोपड़ आले रंगणा ने पठाणा ने भी गुरु साहिब नूं अगे आया जाण के हमला करता, हजे कि वह निमख हरामी गुरु साहिब को बख्शा लेंदे रहे आनंदपुर साहब जाके। गुरु घर में नौकरी भी की सी उन्हां, पर उन्होंने भी नुकसान किया, सिंघां ने आहू ला दिते। महाराज दसवें पातशाह कोटले निहंग खां दी हवेली च चले गए, सिंघां नूं कह गए सी भी जिहड़ा पार हुंदा जावे उत्थे आपां मिलांगे। बाबा अजीत सिंह उत्थे डटे आ पिछे ही, ते बाबा जीवन सिंह कहिंदे बाबा अजीत सिंह तुसीं भी अग्गे चले जाओ, कहिंदे नहीं असीं भी इत्थे जुझांगे। तां जीवन सिंह जी ने हथ जोड़े, जिन्ना चिर तुहाडे घर दा इह सेवक हाजर है बाबा जी तुहानूं इत्थे लड़न दी लोड़ नहीं, तुसीं गुरु पिता दे नाल जा के मिलो। उत्थे लड़दिआं बाबा जीवन सिंह साहिब जी ने 7 पोह दी सवेर नूं शहादत प्राप्त कीती। गुरु गोबिंद सिंह महाराज निहंग खां दे घर विच सन कोटले, पठा साहिब गुरद्वारे दे बिल्कुल लागे ही ओह किला बणिआ, उत्थे महाराज विराजे आ। बाबा अजीत सिंह आए तां बचित्तर सिंह नूं मोढ़िआं दे चुक्की आउंदे ने, जख्मी हालत सी, महाराज पलंघे दे बैठे आ, जदों वेखिआ सिख आया बहुत फटड़, वह पलंघे तो उठ गए, तो बाबे बचित्तर सिंह उसे पलंघे पर पाता। साहबां जाणिआ भी इत्थे निमख हरामां को रहना ठीक नहीं है, ये पठान होर इत्थे तंगी देणगे साडे सिंघां नूं। ये तुरन लग्या उस निहंग खां नूं, कहिंदे निहंग खां जिवें साडी सेवा कीती हो ना, आ भाई बचित्तर सिंह साडा ही रूप जाण के इहदी सेवा करी। इत्थों महाराज चल के बूर माजरे, ब्राह्मण माजरे, बूर माजरे पिंडां तों हुंदिआं होइआं चमकौर साहिब बाग विच पहुँचे, ते ओह पहला हवेली वेखी सी साहबां ने, उस दे विच पड़ाव कीता दसम पातशाह ने। फिर 7 पोह दी जिहड़ी रात लंघी, जदों रात पई सिंह थके टुटे, घोड़ियां दीआं काठियां विछा के किसी ने घोड़ियां दी काठी ते सिर रख लिया, जिहड़ा घोड़ियां दी काठी थले पछाका हुंदा है उहनूं ही थले लै के अद्धा क उत्ते चादरा लै के सौ गए। 2 सिख भाई मदन सिंह काठा सिंह नूं बाहर पहरे ते खिलारिया, 3 सिख भाई मान सिंह निशानची दे समेत महाराज ने गढ़ी दे अंदर आख्या भी चौकसी रखो, बाकी सारे सौ गए। महाराज साहब भी जाके अंदर विराजमान हो गए, चौंकड़ा मारिया, 1.5 पहर रात लंघी तो उठ के वेखिया सिमरन ही कर रहे सन, सुते नहीं ने महाराज, भी जिहड़े सिंह पहरे दे सी भी नींद ने उहनां नूं जोर पाया, थके टुटे सौ गए है। मदन सिंह वेख के उठन लगा, महाराज कहिंदे बेटा तुसीं सौ, अज गुरु गोबिंद सिंह पहरा देवेगा।
महाराज पहरा देन लग पे रात, सत पोह की रात, अठ पोह की सवेर होनी है। पहरा दिंदिया दिंदिया सिंघां दे लागे दी लंघे तो सिंघां दीआं कईआं दीआं दस्तारां लथ गईआं, ढलियां होईआं, उन्हां दीआं दस्तारां सजाउंदे ने। किसी के केस निकले आ दमाले चों, वह केस ठीक करते हैं। किसी के उपरों चादर लथी है, महाराज वो उपर चादर दिंदे है। फिर की होया भी जो लंघन लगे तो एकदम कहिंदे गुरां को अगे लंघिया ना गया, अपने प्यारे सिंघां दे सिर वाले बन्ने बह गए। पहला गर्दन नूं चुम्मिया, फिर मत्था चुम्मिया, मत्था दे चुम्मिया सिंघां दे कल्ले कल्ले दी गर्दन चुम्मदे आ, सारा अग चुम्मदे आ, मत्थे दे चुम के प्यार करदे आ। चरणां वाले आए तो गुरु गोबिंद सिंह साहिब महाराज सिंघां दे चरण चुम्मन लग पए। कहिंदे भी जदों महाराज साहिब बाली सराहणे वाले बन्ने आए तो हल धूम चूम ने बैठे, महाराज साहब जी ने उन्हां दीआं गर्दनां चुम्मिया, उन्हां दा दहन चुम्मिया। कहिंदे पाएं दी आए चरण चूमने बैठे, जदों पैरां वाले आए तो अपने सिंघां दे चरण चुम्मदे है भी ये मेरे गुरु के सिखा ने, ये मेरिया बच्चिया ने, कल इन्हां चरणा दे नाल इस मैदान विच जाके ते शहादतां प्राप्त करके दुनिया का एक अनोखा इतिहास रचना है। इवें रात दसवें पातशाह पहरा दिता, सवेर हुई, जंग आरंभ हो गया। जंग दे विच सब तो पहला भाई हिम्मत सिंह दा जथा गया, प्यारे भाई हिम्मत सिंह शहीद हो गए सिंह। बाबा अजीत सिंह दसवें पातशाह नूं कहण लगे, सच्चे पातशाह हे पिता सतगुरु, तेरे प्यारे जंग में जूझ रहे ने, मैनूं शस्त्र विद्या सिखाई है, अज जौहर विखाउण दा मौका दिओ, मैं जंग दे मैदान विच जावां। जदों बाबा अजीत सिंह बेनती करन लए, उदों ही प्यारे भाई दया सिंह कहण लगे, महाराज इक बेनती करनी है। साहब कहिंदे पहला अजीत सिंह की कहिंदा है, दया सिंह यह सुन, तो हुण कहिंदे तू दस। कहिंदा महाराज अरदास यही है, तुसी अपने दोवां साहिबजादियां नूं नाल लै के इत्थों निकल जाओ। गुरु गोबिंद सिंह होवेगा साडे अरगे करोड़ां सिंह बना लेगा, असीं करोड़ां वी मिल के एक गुरु गोबिंद सिंह अरगा गुरु नहीं महाराज पैदा कर सकते। तो अपने दोवें बच्चियां नूं अपने पुत्रां नूं लै के चले जाओ, साडी इह बेनती है। तो दसवें पातशाह कहिंदे दया सिंह अपने दिल ते हथ रख के सच दसी, बेटा तू साडा पुत्र नहीं, आ जिहड़े सिंह आ इह साडे बच्चे नहीं, कि अजीत सिंह ही साडा पुत्र है, जुझार सिंह, दया सिंह, धर्म सिंह, हिम्मत सिंह आदिक ये साडे बेटे नहीं। कहण लगे महाराज है तां तुहाडे बच्चे, ते पातशाह कहिंदे जे तुसीं मेरे सारे पुत हो, जे सारे बच्चे हो, दसो मैं किहड़े पुत नूं लकावां ते किहड़े नूं जंग च भेजां। जिद्दां दा मैनूं अजीत सिंह आ उत्तों वध मैनूं तुसीं पुत्रो प्यारे हो। सिंघां दे दिल दे विच वैराग आ गया सारिआं दे, भी हे सच्चे पातशाह तेरे अगे जोर कोई नहीं है। बाबा अजीत सिंह तैयार होए, दसवें पातशाह ने आप तैयार किया, ते जदों तुरन लगे पिता दे चरणां दे उत्ते मत्था टेकिया, अपने पिता सतगुरां नूं मत्था टेक के बाबा अजीत सिंह सिंघां नूं फतेह बुलाई, जुझार सिंह नूं घुट के छाती ना लिया ते बाहर आ गए। ते इतिहासकार कहिंदे दरवाजा खोलण ते गड़ी दे विच नाल महाराज साहिब मैदान विच भेजण वास्ते आए, जदों बूहा खुल्लिया ते बाहर निकले तां गुरु साहिब ने बचन कीता, कहिंदे अजीत सिंह एक मिनट। कहण लगे बेटा जिद्दण तेरा जन्म होया सी ना, उद्दण पंघाणी दा जंग जित के आए सन, तेरा नाम अजीत रखिया सी, ते हे पुत्तर किसी कोलों जित्या ना जावीं, भाव के किसी दे अगे हथ ना जोड़ी, अधीनगी ना मनी किसी दी। ते दूसरी गल कही, पुत्तर तेरी पिठ ते कोई शस्त्र दा वार नहीं होना चाहिए, जे बरशी वजे तीर वजे तेरी छाती च वजना चाहिए, भाव के पिठ ना विखावी मैदान दे विच, किसी कोलो जित्या ना जाई। तां दूसरा वचन यही तेरे पिता दा तेरे गुरु दा, भी वार जिन्ने भी होण अजीत सिंह तेरी छाती दे विच होण। बाबा अजीत सिंह कहण लगे हथ जोड़ के, महाराज नाम है अजीत मेरा, जीता ना जाऊँगा, नाम अजीत रखिया है ना जे तुसी, ता मैं दुश्मन को जितया नहीं जाऊँगा, वैरी कदी भी बाहवां नहीं मेरिया खड़िया करा सकते, भावें सारे आ जाण। नाम है अजीत मेरा, जीता नहीं जाऊँगा, जीता गया तो खैर। कहिंदे जे मैं तुरकां नूं जित आया ना, सारे नूं मार आया, तो कहिंदा ठीक है हार कर, जीता नहीं आऊँगा, पर हे पिता जी कदी भी उन्हां को हार के जिउंदा वापस नहीं मैं आऊँगा, रण तत्ते दे विच ही जूझूंगा। बाबा अजीत सिंह मैदान विच गए, जूझते रहे, पहला तीरां नाल आहू लाते दुश्मन दे, एक एक तीर सौ सौ दी छाती चों पार होया, तीर मुक गए,
ਤਾਂ ਬਾਬਾ ਅਜੀਤ ਸਿੰਘ ਨੇ ਨੇਜਾ ਫੜ ਲਿਆ, ਨੇਜੇ ਨਾਲ ਬਹੁਤ ਹੀ ਵੈਰੀ ਪਰੋ ਦਿੱਤੇ। ਅਖੀਰ ਇੱਕ ਪਠਾਣ ਦੇ ਸਰੀਰ 'ਚ ਨੇਜਾ ਮਾਰਿਆ, ਜਿਹਨੇ ਲੋਹੇ ਦਾ ਕੋਟ ਪਹਿਨਿਆ ਸੀ, ਉਹ ਫਲ ਵਿੱਚੇ ਟੁੱਟ ਗਿਆ, ਵਰਸ਼ਾ ਟੁੱਟ ਗਿਆ। ਤਾਂ ਫਿਰ ਬਾਬਾ ਅਜੀਤ ਸਿੰਘ ਨੇ ਕਿਰਪਾਨ ਕੱਢ ਲਈ, ਕਹਿੰਦੇ ਤੀਰ ਮੁੱਕ ਗਏ, ਕਿਰਪਾਨ ਚੁੰਮੀ ਸ਼ੇਰ ਨੇ। ਸ਼ੇਰ ਨੇ ਕਹਿੰਦੇ ਕਿਰਪਾਨ ਨੂੰ ਚੁੰਮਿਆ ਮੱਥਾ ਟੇਕ ਕੇ, ਅਤੇ ਬਾਬਾ ਅਜੀਤ ਸਿੰਘ ਜੀ ਨੇ ਜੌਹਰ ਵਿਖਾਏ। ਲੜਦਿਆਂ ਲੜਦਿਆਂ ਕਹਿੰਦੇ ਵੀ ਕਿਰਪਾਨ ਵੀ ਵਿਚਕਾਰੋਂ ਟੁੱਟ ਗਈ ਆ ਬਾਬਾ ਅਜੀਤ ਸਿੰਘ ਜੀ ਦੀ, ਵਿਚਾਲੋਂ ਤੇਗ ਟੁੱਟ ਗਈ। ਫਿਰ ਕੀ ਹੋਇਆ, ਨਿਹੱਥਾ ਵੇਖ ਕੇ, ਪਹਿਲਾਂ ਜਿੰਨਾ ਚਿਰ ਤਾਂ ਸ਼ਸਤਰ ਸੀ ਬਾਬਾ ਅਜੀਤ ਸਿੰਘ ਦੇ ਨੇੜੇ ਨਹੀਂ ਕੋਈ ਫਰਕ ਆ, ਭਾਵੇਂ ਉਹਨਾਂ ਦੀ ਗਿਣਤੀ ਜ਼ਿਆਦੀ ਹੈ। ਇੱਧਰ ਨਾਲ ਗਏ ਬਾਬਾ ਅਜੀਤ ਸਿੰਘ ਦੇ ਪਿਆਰੇ ਮੋਹਕਮ ਸਿੰਘ ਸ਼ਹੀਦ ਹੋ ਗਏ, ਬਾਕੀ ਸਿੰਘ ਸ਼ਹੀਦ ਹੋ ਗਏ, ਇਕੱਲਾ ਅਜੀਤ ਸਿੰਘ ਮੈਦਾਨ ਵਿੱਚ ਹੈ, ਕੋਈ ਲਾਗੇ ਨਹੀਂ ਆਇਆ। ਜਦੋਂ ਸ਼ਸਤਰ ਸਾਰੇ ਹੀ ਟੁੱਟ ਮੁੱਕ ਗਏ, ਉਦੋਂ ਸਾਰੇ ਭੇੜੀਏ ਜੰਗ ਦੀ ਮਰਿਆਦਾ ਨੂੰ ਭੁਲਾ ਕੇ ਆਣ ਪਏ, ਅਤੇ ਬਾਬਾ ਅਜੀਤ ਸਿੰਘ 'ਤੇ ਵਾਰ ਕੀਤੇ, ਅਤੇ ਬਾਬੇ ਅਜੀਤ ਸਿੰਘ ਨੇ ਵੀ ਫਿਰ ਪਿੱਠ ਨਹੀਂ ਵਿਖਾਈ। ਉਹਨਾਂ ਤੁਰਕਾਂ ਦੇ ਸਾਰੇ ਵਾਰ ਛਾਤੀ 'ਤੇ ਚੱਲੇ। ਕਹਿੰਦੇ ਚੰਨ ਵਰਗਾ ਸਰੀਰ ਹੋਣੀ ਲੁੱਟ ਗਈ, ਚੰਦ ਵਰਗਾ ਸੋਹਣਾ ਮੁਖੜਾ ਹਸੂੰ ਹਸੂੰ ਕਰਦਾ ਬਾਬਾ ਅਜੀਤ ਸਿੰਘ ਸਾਹਿਬ ਦਾ, ਕਾਲੇ ਰੰਗ ਦਾ ਦਾੜਾ ਉਤਰਿਆ ਹੀ ਹੈ, ਅਤੇ ਉਹ ਜੰਗੇ ਮੈਦਾਨ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਇੱਕ ਕਵੀ ਨੇ ਤਾਂ ਐਸਾ ਲਿਖਿਆ ਹੈ ਵੀ ਉਹ ਘੋੜੇ ਉੱਤੋਂ ਡਿੱਗਿਆ ਖਾ 500 ਕਾਨੀ, ਕਹਿੰਦੇ 500 ਤੀਰ ਬਾਬੇ ਅਜੀਤ ਸਿੰਘ ਦੀ ਛਾਤੀ ਵਿੱਚ ਵੱਜਿਆ, ਅਤੇ ਫਿਰ ਉਹ ਗੁਰੂ ਕਾ ਸੂਰਮਾ ਸ਼ਹੀਦ ਹੋਇਆ ਸੀ ਰਣ ਤੱਤੇ ਦੇ ਵਿੱਚ। ਅਤੇ ਗੁਰੂ ਦੇ ਇਹ ਜਿਹੜੇ ਬਚਨ ਸਨ ਵੀ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ, ਪੁਰਜਾ ਕਟਾ ਲਿਆ ਪਰ ਜੰਗੇ ਮੈਦਾਨ ਨਹੀਂ ਛੱਡਿਆ। ਅਤੇ ਉੱਧਰ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋਏ, ਗੜੀ ਵਿੱਚੋਂ ਗੁਰੂ ਕਲਗੀਧਰ ਮਹਾਰਾਜ ਨੇ ਉੱਚੀ ਸੁਰ ਦੇ ਵਿੱਚ ਜਕਾਰਾ ਛੱਡਿਆ, ਧੰਨ ਹੈ ਪਾਤਸ਼ਾਹ। ਦਸ਼ਰਥ ਵੀ ਬਾਪ ਸੀ, ਰਾਮ ਚੰਦਰ ਵੀ ਉਹਦਾ ਪੁੱਤਰ ਸੀ, ਉਹਨੂੰ ਪਤਾ ਹੈ ਵੀ 14 ਸਾਲ ਬਨਵਾਸ ਕੱਟਣਾ, ਫਿਰ ਵਾਪਸ ਇਹਨੇ ਮੇਰੇ ਕੋਲ ਹੀ ਆਉਣਾ ਹੈ। ਉੱਚੀ ਅਟਾਰੀ 'ਤੇ ਚੜ੍ਹ ਕੇ ਰਾਮ ਚੰਦਰ ਨੂੰ ਬਨਵਾਸ ਜੰਗਲਾਂ 'ਚ ਜਾਂਦਿਆਂ ਵੇਖਦਾ ਰਿਹਾ, ਜਿੰਨਾ ਚਿਰ ਅੱਖਾਂ ਦੇ ਵਿੱਚ ਰਾਮ ਚੰਦਰ ਦੀ ਮੂਰਤੀ ਦਿਖੀ ਹੈ ਉਹਨਾਂ ਚਿਰ ਦਸ਼ਰਥ ਤਾਂ ਸਾਹ ਚੱਲਦੇ ਰਹੇ। ਜਦੋਂ ਵੇਖਿਆ ਵੀ ਮੇਰਾ ਪੁੱਤ ਅੱਖਾਂ ਸਾਹਮਣੇ ਓਹਲੇ ਹੋ ਗਿਆ, ਉੱਚੀ ਅਟਾਰੀ ਤੋਂ ਛਾਲ ਮਾਰ ਕੇ ਮਰ ਗਿਆ ਸੀ, ਇਹ ਗੁਰੂ ਗੋਬਿੰਦ ਸਿੰਘ ਜਕਾਰੇ ਛੱਡ ਰਿਹਾ, ਇਹਦਾ ਪੁੱਤਰ ਸ਼ਹੀਦ ਹੋ ਗਿਆ, ਪਤਾ ਮੁੜ ਕੇ ਵੀ ਨਹੀਂ ਆਉਣਾ। ਮਹਾਰਾਜ ਕਹਿ ਰਿਹਾ ਏ, ਪਰਾਈ ਅਮਾਣ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਏ ਜਿਸ ਕੀ ਵਸਤ ਤਿਸ ਆਗੇ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੇ। ਗੁਰੂ ਗੋਬਿੰਦ ਸਿੰਘ ਨੇ ਜਕਾਰਾ ਛੱਡਿਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤਾਂ ਜੁਝਾਰ ਸਿੰਘ ਦਸਵੇਂ ਪਾਤਸ਼ਾਹ ਕੋ ਕਹਿੰਦੇ ਆ ਗਏ, ਕਹਿਣ ਲੱਗੇ ਪਿਤਾ ਜੀ ਇਹ ਵਿਤਕਰਾ ਕਿਸ ਵਾਸਤੇ। ਮਹਾਰਾਜ ਕਹਿੰਦੇ ਬੇਟਾ ਕਿਹੜਾ ਵਿਤਕਰਾ, ਮਹਾਰਾਜ ਜਦੋਂ ਅਨੰਦਪੁਰ ਵਿੱਚ ਸਾਂ ਮੈਂ ਆਪਣੇ ਵੀਰ ਅਜੀਤ ਸਿੰਘ ਦੇ ਨਾਲ ਖੇਡਦਾ ਸਾਂ, ਖੇਡਦੇ ਸਾਂ ਜਦੋਂ ਅਸੀਂ ਦੋਵੇਂ ਵੀਰ ਇਕੱਠੇ ਖੇਡੇ ਹਾਂ, ਜਿੱਦਣ ਮਹਾਰਾਜ ਸਾਨੂੰ ਤੁਸੀਂ ਗੋਦ ਵਿੱਚ ਬਿਠਾਉਂਦੇ, ਅਸੀਂ ਦੋਵੇਂ ਵੀਰ ਇਕੱਠੇ ਤੁਹਾਡੀ ਗੋਦ ਦਾ ਆਨੰਦ ਮਾਣਦੇ ਰਹੇ, ਸ਼ਸਤਰ ਵਿੱਦਿਆ ਇਕੱਠਿਆਂ ਸਿੱਖੀ, ਪੜ੍ਹਾਈ ਮਹਾਰਾਜ ਅਸੀਂ ਦੋਵਾਂ ਭਰਾਵਾਂ ਨੇ ਇਕੱਠਿਆਂ ਕੀਤੀ, ਜਿੱਦਣ ਅਨੰਦਪੁਰ ਛੱਡਿਆ ਉੱਦਣ ਵੀ ਦੋਵੇਂ ਭਰਾ ਇਕੱਠਿਆਂ ਨੇ ਛੱਡਿਆ, ਜਿੱਦਣ ਸਰਸਾ ਪਾਰ ਕੀਤੀ ਉੱਦਣ ਵੀ ਵੀਰ ਅਜੀਤ ਸਿੰਘ ਨੇ ਅਤੇ ਮੈਂ ਦੋਵਾਂ ਨੇ ਇਕੱਠਿਆਂ ਪਾਰ ਕੀਤੀ। ਅਤੇ ਮਹਾਰਾਜਾ ਲੰਘੀ ਰਾਤ ਜੇ ਗੜੀ ਵਿੱਚ ਸੁੱਤੇ ਤਾਂ ਵੀ ਦੋਵੇਂ ਵੀਰ ਅਸੀਂ ਇਕੱਠੇ ਸੁੱਤੇ, ਪਰ ਜਦੋਂ ਜੰਗ ਦੇ ਵਿੱਚ ਜੌਹਰ ਵਿਖਾਉਣ ਦਾ ਸਮਾਂ ਸੀ ਉਦੋਂ ਵਿਤਕਰਾ ਕਰਕੇ ਅਤੇ ਵੀਰ ਅਜੀਤ ਸਿੰਘ ਨੂੰ